ਦਸਾਂ ਗੁਰਾਂ ਦਾ ਇਸ ਰੂਪ ਜਾਣੋ, ਨਾਲ ਹੱਥਾਂ ਦੇ ਲਿਖੀ ਮਹਾਰਾਜ ਬਾਣੀ, ਨੁਕਤਾ ਦੁਈ ਦਵੈਤ ਦਾ ਨਹੀਂ ਪਾਇਆ। ਹਰ ਇੱਕ ਵਾਸਤੇ ਹੈ ਸਿਰ ਤਾਜ ਬਾਣੀ, ਜੀ ਦਾ ਜੀ ਕਰਦਾ ਮੱਥਾ ਟੇਕ ਜਾਂਦਾ, ਕਰਦੀ ਕਿਸੇ ਨੂੰ ਨਹੀਂ ਨਾਰਾਜ ਬਾਣੀ, ਤੰਨੇ ਵਾਂਗਰਾ ਸਿਰਕ ਪੂਰਾ ਹੋ, ਜੀਤਨੇ ਵਾਂਗ ਸਵਾਰ ਦੀ ਕਾਜ ਬਾਣੀ, ਜੀਤਨੇ ਵਾਂਗ ਸਵਾਰ ਦੀ ਕਾਜ ਬਾਣੀ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ ਵਾਹਿਗੁਰੂ ਜੀ ਵਾਹਿਗੁਰੂ। ਚੋਹੀ ਪਾਸੀ ਚੁੱਲੀਆਂ ਹਨੇਰੀਆਂ, ਚੰਦਰੇ ਕਲੂ ਨੇ ਜਾਲ ਤਾਣੇ, ਸਾਡੀਆਂ ਪੁਲਾਂ ਨੂੰ ਪੁੱਲੀ ਸ਼ਹਿਨਸ਼ਾਹ, ਅਸੀਂ ਖੜੇ ਅੱਜ ਜੇ ਨਮਾਣੇ, ਸਾਡੀਆਂ ਪੁਲਾਂ ਨੂੰ ਪੁੱਲੀ ਸ਼ਹਿ ਸ਼ਾ, ਅਸੀਂ ਖੜੇ ਅੱਜ ਜੇ ਨਮਾਣੇ। ਤੂੰ ਤਾਂ ਨਰਵੈਰ, ਤੇਰਾ ਕਿਸੇ ਨਾਲ ਵੈਰ ਨਹੀਂ, ਸਾਡਾ ਤੇ ਸਹਾਰਾ ਕੋਈ ਤੇਰੇ ਤੋਂ ਬਗੈਰ ਨਹੀਂ, ਸਾਡਾ ਤੇ ਸਹਾਰਾ ਕੋਈ ਤੇਰੇ ਵੀਰ ਲਾਰ ਮੱਝ ਕੋਈ ਜਾਣੇ, ਸਾਡੀਆਂ ਪੁਲਾਂ ਨੂੰ ਪੁੱਲੀ ਸ਼ਹਿਨਸ਼ਾਹ, ਅਸੀਂ ਖੜੇ ਅੱਜ ਜੇ ਨਮਾਣੇ। ਅਸਾਂ ਦੇ ਪਿਆਰ ਨੂੰ ਵੇਖੀ ਠੁਕਰਾ ਨਾ ਦੇਵੀ, ਅਸਾਂ ਦੇ ਪਿਆਰ ਨੂੰ। ਤੇਰਾ ਨਾ ਅੰਤ ਕੋਈ ਆਵਦਾ, ਆਪ ਦੀਆਂ ਆਪ ਹੀ ਤੂੰ ਜਾਣੇ,
ਸਾਡੀਆਂ ਪੁਲਾਂ ਨੂੰ ਬੁਨੀ ਸ਼ੈਨ ਸ਼ਾਹ ਅਸੀਂ ਖੜੇ ਅੱਜ ਮਸੂਮ ਸੀ ਨਹੀਂ ਤਾਂ ਸਾੜ ਜਾਣੇ ਸੀ ਨਤਾਣੇ ਸਾਡੀਆਂ ਪੁਲਾਂ ਨੂੰ ਬੁਨੀ ਸ਼ੈਨ ਸ਼ਾਹ ਅਸੀਂ ਖੜੇ ਅੱਜ ਪਾਗੋ ਦੇ ਹਮੇਤੀ ਬਣੇ ਫੇਰਨੇ ਇੱਥੇ ਜਿਹੜੇ ਲੋਕ ਜਰਮਾਣੇ ਸਾਡੀਆਂ ਪੁਲਾਂ ਨੂੰ ਪੁਨੀ ਸ਼ੈਨ ਸ਼ਾਹ ਅਸੀਂ ਖੜੇ ਅੱਜ ਗਾਣੇ ਤੂੰ ਪਾਣੇ ਮਨਾਲ ਗਾਣੇ ਸਾਡੀਆਂ ਪੁਲਾਂ ਨੂੰ ਪੁਨੀ ਸ਼ੈਨ ਸ਼ਾਹ ਅਸੀਂ ਖੜੇ ਅੱਜ ਜਨ ਮਾਣੇ ਸਾਡੀਆਂ ਪੁਲਾਂ ਨੂੰ ਪੁਨੀ ਸ਼ੈਨ ਸ਼ਾਹ ਅਸੀਂ ਖੜੇ ਅੱਜ ਜਨ ਖੰਡਾ ਪ੍ਰਥਮ ਹੈ ਸਾਜ ਕੈ ਜਿਨ ਸਭ ਸੇ ਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ ਤੈਂ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ਼ ਕਰਾਇਆ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਤੈ ਸਰਕਾਇਆ
ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਰਾਇਆ। ਵੱਡੇ ਵੱਡੇ ਮਨ ਦੇਵਤੇ ਕਈ ਯੁੱਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਐਸੇ ਤਖਤਾਂ ਤਾਜਾਂ ਦੇ ਮਾਲਕ ਹਾਜ਼ਰ ਨਾਜ਼ਰ ਸਮਰੱਥ ਗੁਰੂ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਵਾਹਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਅਗੰਮੀ ਸ਼ਕਤੀਆਂ ਦੇ ਮਾਲਕ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਦੁਹਰਾਓ। ਵਾਹਿਗੁਰੂ ਕੋਈ ਵੀ ਰਸਨਾ ਵਾਂਝੀ ਨਾ ਰਹਿ, ਸਭ ਆਈ ਭਾਈ ਫਤਿਹ ਦੇ ਸਿਮਰ ਨਾਲ ਜੁੜੋ ਔਰ ਉਸ ਸਿਮਰਨ ਦੇ ਮਿਲੇ ਬਲ ਵਿੱਚੋਂ ਦਾਸਰਿਆਂ ਨੂੰ ਕੁਝ ਬੋਲਣ ਦਾ ਬਲ ਬਖਸ਼ ਕਰੋ। ਪਿਆਰ ਸਹਿਤ ਸਾਹਿਬਾਂ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ। ਸਮੂਹ ਇਲਾਕਾ ਨਿਵਾਸੀ ਸੰਗਤਾਂ, ਨਗਰ ਨਿਵਾਸੀ ਸੰਗਤਾਂ, ਮਹਾਂਪੁਰਸ਼ ਭਗਤ ਬਾਬਾ ਮਿਲਖਾ ਸਿੰਘ ਜੀ ਦੇ ਜੋ ਉਪਰਾਲੇ ਦੇ ਸਦਕਾ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਬਚਨ ਹਨ, ਉਹ ਕਹਿੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹੰਦੇ। ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਣਾ ਜਿਹੜੇ ਪਿਛਲੀ ਰਾਤੀ ਅੰਮ੍ਰਿਤ ਵੇਲੇ ਜਾਗਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਵੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਦੇ, ਗੁਰ ਸੇਵਾ ਫਲ ਸੁਫਲ ਫੁਲੰਦੇ, ਗੁਰ ਸੇਵਾ ਫਲ ਸੁਫਲ ਫੁਲੰਦੇ। ਉਹ ਸੇਵਾ ਦੇ ਨਾਲ ਫੁੱਲਦੇ ਅਤੇ ਫਲਦੇ ਆ ਜਿਹੜੇ ਗੁਰੂਆਂ ਦੇ ਗੁਰਪੁਰਬ ਮਨਾਉਂਦੇ ਆ। ਗੁਰੂ ਕਿਰਪਾ ਕਰੇ ਸਾਡੇ ਤੋਂ ਪਹਿਲਾਂ ਛੋਟੇ ਛੋਟੇ ਬੱਚੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਆਪੋ ਆਪਣੀ ਬੁੱਧ ਅਨੁਸਾਰ ਸੰਗਤਾਂ ਵਿੱਚ ਰੱਖ ਰਹੇ ਸਨ। ਮੈਂ ਉਹਨਾਂ ਟੀਚਰਾਂ ਦੇ ਵੀ ਧੰਨਵਾਦ ਕਰਦਾ ਜਿਨ੍ਹਾਂ ਬੜੀ ਸੋਹਣੀ ਬੱਚਿਆਂ ਨੂੰ ਸਿੱਖਿਆ ਦੇ ਕੇ ਅਤੇ ਗੁਰਮਤਿ ਗਾਡੀ ਰਾਹ 'ਤੇ ਤੋਰਨ ਦੀ ਕੋਸ਼ਿਸ਼ ਕਰ ਰਹੇ ਆ। ਪ੍ਰਿੰਸੀਪਲ ਸਤਬੀਰ ਸਿੰਘ ਨੂੰ ਕਿਸੇ ਨੇ ਪੁੱਛਿਆ ਸੀ ਵੀ ਬੱਚੇ ਨੂੰ ਸਿੱਖਿਆ ਕਦੋਂ ਦੇਣੀ ਚਾਹੀਦੀ ਹੈ। ਉਹਨੇ ਆਖਿਆ ਬੱਚੇ ਦੇ ਜੰਮਣ ਤੋਂ 18 ਸਾਲ ਪਹਿਲਾਂ। ਕਮਾਲ ਹੋ ਗਈ, ਬੱਚੇ ਦੇ ਜੰਮਣ ਤੋਂ ਪਹਿਲਾਂ। ਉਹਨੇ ਆਖਿਆ ਜਿਹੜੀ ਮਾਂ ਨੇ ਬੱਚੇ ਨੂੰ ਜਨਮ ਦੇਣਾ ਨਾ, ਉਹਦਾ ਜਨਮ ਗੁਰਮਤਿ ਦੇ ਸੱਚੇ ਵਿੱਚ ਢਲਿਆ ਹੋਵੇ, ਜਿਹੜਾ ਉਹਦੀ ਕੁੱਖ ਤੋਂ ਬਾਲਕ ਪੈਦਾ ਹੋਏਗਾ ਉਹ ਸੂਰਮਾ ਹੋਏਗਾ, ਉਹ ਸੰਤ ਹੋਏਗਾ, ਉਹ ਭਗਤ ਹੋਏਗਾ। ਗੁਰੂ ਕਿਰਪਾ ਕਰੇ, ਪਹਿਲੀ ਮਾਸਟਰ ਬੱਚੇ ਦੀ ਮਾਂ ਹੈ। ਮਾਂ ਚਾਹੇ ਪੁੱਤ ਨੂੰ ਸਾਧ ਬਣਾਉਂਦੇ, ਮਾਂ ਚਾਹੇ ਪੁੱਤਰ ਨੂੰ ਸੂਰਮਾ ਬਣਾਉਂਦੇ, ਮਾਂ ਚਾਹੇ ਬੱਚੇ ਨੂੰ ਖੂਨੀ ਬਣਾਉਂਦੇ, ਪਹਿਲੀ ਮਾਸਟਰ ਬੱਚੇ ਦੀ ਮਾਂ ਹੈ। ਬਾਬਾ ਫਰੀਦ ਸਾਹਿਬ ਜੀ ਦੀ ਮਾਂ ਹੀ ਸੀ ਨਾ, ਵੇ ਪੁੱਤ ਫਰੀਦਾ ਸਾਰੀ ਦਿਹਾੜੀ ਬੱਚਿਆਂ ਦੇ ਖੇਡ 'ਚ ਲੱਗਾ ਰਹੀ ਨਾ, ਕਿਤੇ ਅੱਲਾ ਦੀ ਬੰਦਗੀ ਵੀ ਕਰ ਲਿਆ ਕਰ।
ਅੰਮਾ ਅੱਲਾ ਬੰਦਗੀ ਕਰਿਆ ਕੋਈ ਦਿੰਦਾ ਵੀ ਆ? ਬੇਟਾ ਅੱਲਾ ਦੁੱਧ ਦਿੰਦਾ, ਅੱਲਾ ਗੁੜ ਦਿੰਦਾ, ਅੱਲਾ ਸ਼ੱਕਰ ਦਿੰਦਾ, ਅੱਲਾ ਖਜੂਰਾਂ ਦਿੰਦਾ। ਉਹਨੇ ਆਖਿਆ, ਮਾਂ ਜੇ ਇੰਨੀਆਂ ਮਿੱਠੀਆਂ ਚੀਜ਼ਾਂ ਅੱਲਾ ਨਮਾਜ਼ ਪੜ੍ਹਿਆ ਦਿੰਦਾ ਤੇ ਮੈਂ ਅੱਜ ਤੋਂ ਰੋਜ਼ ਪੜ੍ਹਿਆ ਕਰੂੰਗਾ। ਮਾਂ ਦੇ ਆਖੇ ਲੱਗ ਕੇ ਫਰੀਦ ਨਮਾਜ਼ ਪੜ੍ਹਨ ਲੱਗ ਪਿਆ ਅਤੇ ਸਿਆਣੀ ਮਾਂ ਨੇ ਚੋਰੀ ਚੋਰੀ ਪਿੱਛੋਂ ਆਉਣਾ ਅਤੇ ਸ਼ੱਕਰ ਦੀ ਪੁੜੀ ਬੰਨ ਕੇ ਉਹਦੇ ਮਸੱਲੇ ਦੇ ਥੱਲੇ ਰੱਖ ਦੇਣੀ। ਜਦੋਂ ਫਰੀਦ ਨੇ ਨਮਾਜ਼ ਪੜ੍ਹ ਕੇ ਉੱਠਣਾ, ਉਹ ਮਸੱਲਾ ਝਾੜਨਾ, ਥੱਲਿਓ ਸ਼ੱਕਰ ਦੀ ਪੁੜੀ ਨਿਕਲਣੀ। ਫਰੀਦ ਨੇ ਛੱਕ ਕੇ ਬੜਾ ਖੁਸ਼ ਹੋਣਾ, ਉਹਦੀ ਬੰਦਗੀ 'ਚ ਵਾਧਾ ਹੁੰਦਾ ਗਿਆ, ਉਹਦਾ ਨਾਮ ਪਰਮੇਸ਼ੁਰ ਦੇ ਨਾਮ ਵਿੱਚ ਰੰਗਿਆ ਗਿਆ। ਇੱਕ ਦਿਨ ਮਾਂ ਸ਼ੱਕਰ ਰੱਖਣਾ ਭੁੱਲ ਗਈ, ਕੰਮ ਵਿੱਚ ਰੁੱਝੀ ਰਹੀ ਅਤੇ ਉੱਧਰੋਂ ਬਾਬੇ ਫਰੀਦ ਦਾ ਉੱਠਣ ਦਾ ਸਮਾਂ ਹੋ ਗਿਆ। ਮਾਂ ਨੇ ਸੋਚਿਆ ਵੀ ਜੇ ਮੈਨੂੰ ਇਹਨੇ ਸ਼ੱਕਰ ਰੱਖਦੀ ਨੂੰ ਵੇਖ ਲਿਆ ਨਾ ਤੇ ਮੇਰੀ ਪਿਛਲੀ ਵੀ ਮਿਹਨਤ ਸਾਰੀ ਵਿਅਰਥ ਜਾਊਗੀ। ਮਾਂ ਦੀ ਅਰਦਾਸ ਬੜੀ ਤਕੜੀ ਹੁੰਦੀ ਹੈ। ਆਂਦੇ ਜਦੋਂ ਫਰੀਦ ਉੱਠਿਆ ਤੇ ਸਿਆਣੀ ਮਾਂ ਭੱਜੀ ਭੱਜੀ ਆਈ, ਆਂਦੀ, ਪੁੱਤ ਫਰੀਦਾ, ਅੱਜ ਅੱਲਾ ਨੂੰ ਛੇਤੀ ਬੜੀ ਸੀ ਤੇ ਉਹ ਜਾਂਦਾ ਜਾਂਦਾ ਸ਼ੱਕਰ ਦੀ ਪੁੜੀ ਮੈਨੂੰ ਦੇ ਗਿਆ ਸੀ ਵੀ ਮੇਰੇ ਭਗਤ ਨੂੰ ਦੇ ਦੀ। ਬਾਬਾ ਫਰੀਦ ਖੁਸ਼ ਖਿੜਖਿੜਾ ਕੇ ਹੱਸ ਪਿਆ। ਉਹਨੇ ਆਖਿਆ, ਮਾਂ ਤੂੰ ਮੈਨੂੰ ਇਹ ਨਹੀਂ ਦੱਸਿਆ ਵੀ ਸ਼ੱਕਰ ਤੋਂ ਹੋਰ ਵੀ ਕੁਝ ਮਿੱਠਾ ਹੁੰਦਾ? ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ ਪੁੱਜਣ ਤੁੱਧ। ਇਹ ਚੀਜ਼ਾਂ ਸਾਰੀਆਂ ਮਿੱਠੀਆਂ ਪਰ ਮਾਂ ਰੱਬ ਦੇ ਨਾਂ ਤੋਂ ਸਭ ਕੁਝ ਇਹ ਫਿੱਕਾ ਹੈ। ਹੁਣ ਇਸ ਸ਼ੱਕਰ ਦੀ ਲੋੜ ਨਹੀਂ ਰਹੀ, ਹੁਣ ਤਾਂ ਮੇਰੇ ਅੰਦਰ ਹੀ ਸ਼ੱਕਰ ਬਣ ਲੱਗ ਪਈ ਆ। ਤੋ ਗੁਰੂ ਕਿਰਪਾ ਕਰੇ, ਬੜੀ ਸੋਹਣੀ ਬੱਚਿਆਂ ਨੂੰ ਸਿੱਖੀ ਦਿੱਤੀ ਹੈ। ਮੈਂ ਧੰਨਵਾਦ ਕਰਦਾ ਉਸ ਸਮੇਂ ਦਾ, ਬੜੀ ਬੜੀ ਦੂਰ ਤੋਂ ਸੰਗਤਾਂ ਇਸ ਦੀਵਾਨ ਵਿੱਚ ਪਹੁੰਚੀਆਂ ਹਨ। ਸਾਡੇ ਅਤਿ ਸਤਿਕਾਰਯੋਗ ਦਮੇ ਦਮੇ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ ਜੀ ਸੰਗਤ ਵਿੱਚ ਪਹੁੰਚੇ ਆ। ਜਿਉਂ ਆਇਆ ਮੇਰੇ ਵੀਰ ਭਾਈ ਗੁਰਸੇਵਕ ਸਿੰਘ ਜੀ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ ਆ। ਆਪ ਤਾਂ ਉਹ ਵਿਦੇਸ਼ ਦੀ ਯਾਤਰਾ ਗਏ ਆ, ਪਰ ਬੜੇ ਲੰਮੇ ਸਮੇਂ ਤੋਂ ਹੁਕਮ ਦੇ ਕੇ ਇਹ ਸੰਗਤਾਂ ਦੇ ਦਰਸ਼ਨ ਦਾਇਕ ਆਏ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਆਓ, ਇੱਥੋਂ ਦੇ ਮੁੱਖ ਸੇਵਾਦਾਰ ਭਗਤ ਬਾਬਾ ਮਿਲਖਾ ਸਿੰਘ ਜੀ, ਕਿਸ ਤਰ੍ਹਾਂ ਮੈਂ ਵੇਖ ਰਿਹਾ ਚਾਰ ਚੁਫੇਰੇ ਸੰਗਤਾਂ ਦੇ ਰਾਹ ਭਰੇ ਤੁਰੇ ਆਉਂਦੇ ਆ, ਬੜੀ ਸ਼ਰਧਾ ਅਤੇ ਭਾਵ ਨਾਲ ਗੁਰੂ ਮਹਾਰਾਜ ਦਾ ਗੁਰਪੁਰਬ ਆਪਾਂ ਮਨਾ ਰਹੇ ਹਾਂ। ਚੌਥੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਹਰਦਾਸ ਮਾਇਆ ਮਾਤਾ ਦਇਆ ਕੌਰ ਦੀ ਕੁੱਖ ਨੂੰ ਸ਼ਹਿਨਸ਼ਾਹ ਭਾਗ ਲਾ ਕੇ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਉਹਨਾਂ ਦਾ ਪ੍ਰਕਾਸ਼ ਹੋਇਆ। ਪਲੇਠੇ ਦਾ ਹੋਣ ਕਰਕੇ ਉਹਦਾ ਨਾਮ ਜੇਠਾ ਪ੍ਰਸਿੱਧ ਹੋਇਆ। ਮਾਤਾ ਦਇਆ ਕੌਰ ਜੀ ਨੂੰ, ਪਿਤਾ ਹਰਦਾਸ ਜੀ ਨੂੰ ਕਿਸ ਤਰ੍ਹਾਂ ਲਾਹੌਰ ਦੇ ਵਾਸੀ ਆ ਕੇ ਵਧਾਈਆਂ ਦੇ ਰਹੇ ਆ, ਉਹ ਵਧਾਈਆਂ ਦਾ ਛੰਨ ਤੁਹਾਡੇ ਸਾਹਮਣੇ ਮੈਂ ਪੇਸ਼ ਕਰਨ ਲੱਗਾ। ਗੁਰੂ ਰਾਮਦਾਸ ਮਹਾਰਾਜ ਦੇ ਆਗਮ 'ਤੇ ਦੂਰ ਦੂਰ ਤੋਂ ਸੰਗਤਾਂ ਨੇ ਕਿਸ ਤਰ੍ਹਾਂ ਵਧਾਈਆਂ ਦਿੱਤੀਆਂ, ਲੈਣਾ ਬੜੀਆਂ ਕਾਬਲੇ ਗੌਰ ਤੁਹਾਡੇ ਸਾਹਮਣੇ ਇੰਝ ਬਿਆਨ ਕੀਤੀਆਂ ਜਾ ਰਹੀਆਂ। ਸਤਿਗੁਰ ਹੋਏ ਪ੍ਰਗਟ ਤੱਕ ਕੇ ਸਭ ਨੂੰ ਮਿਲਣ ਵ
ਵਡਾਇਆ ਚੰਨ ਚੜਿਆ ਤੇ ਸ਼ਹਿਰ ਲਾਹੌਰ ਚ ਹੋ ਗਈਆਂ ਰੁਸ਼ਨਾਇਆ ਓ 1534 ਈਸਵੀ ਖਿੜਕੀਆਂ ਗੁਲਜ਼ਾਰਾਂ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਜੈਕਾਰਾ ਸਤਿਗੁਰ ਹੋਏ ਪ੍ਰਗਟ ਤੱਕ ਕੇ ਸਭ ਨੂੰ ਮਿਲਣ ਵਧਾਇਆ ਚੰਨ ਚੜਿਆ ਤੇ ਸ਼ਹਿਰ ਲਾਹੌਰ ਚ ਹੋ ਗਈਆਂ ਰੁਸ਼ਨਾਇਆ 1534 ਈਸਵੀ ਖਿੜਕੀਆਂ ਗੁਲਜ਼ਾਰਾਂ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਜੈਕਾਰਾਂ ਪਿਤਾ ਜੀ ਹਰਦਾਸ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ ਤੱਕ ਕੇ ਮੁਖੜਾ ਦਇਆ ਕਰ ਜੀ ਲੱਖ ਲੱਖ ਸ਼ੁਕਰ ਮਨਾਉਂਦੇ 2600 ਮਾਰ ਚੰਨ ਚਮਕਾਰਾ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਜੈਕਾਰਾ ਦੁਲਹਨ ਵਾਂਗੂ ਸੱਜ ਗਈ ਜਾਪੇ ਚੂਨਾ ਮੰਡੀ ਬਸਾਤੀ ਸੋਟੀ ਕੁੱਲ ਵਿੱਚ ਪੈਦਾ ਹੋ ਗਈ ਅੱਜ ਅਗੰਮੀ ਸ਼ਕਤੀ ਪੰਤ ਤੱਕ ਹੈਰਾਨ ਰਹਿ ਗਿਆ ਵੇਖ ਅਜਬ ਨੁਹਾਰਾ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਸੋਹਣੇ ਚੁੰਬਕ ਵਾਂਗੂ ਖਿੱਚ ਲੈ ਜਾਂਦੇ ਸੋਹਣੇ ਮਨ ਨੂੰ ਮੋਣੇ ਸਾਡਾ ਜਿੱਠਾ ਸਭ ਤੋਂ ਸੋਹਣਾ ਅੱਖੀਆਂ ਦਿਲ ਦੀ ਹਜ਼ਾਰਾਂ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਜੈਕਾਰਾਂ ਲੋਕੀ ਖੁਸ਼ੀਆਂ ਮਾਨਣ ਨੂਰੀ ਮੁਖੜਾ ਸਤਿਗੁਰ ਜੀ ਦਾ ਵੰਡ ਸਭ ਨੂੰ ਹੋਏ ਵੰਡ ਸਭ ਨੂੰ ਚੰਨ ਤਿਉਂ ਤੇ ਫੁੱਲ ਪਰ ਸਾਹਮਣੇ ਆਏ ਆਈਆਂ ਤੱਕ ਬਹਾਰ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਰਾਮਦਾਸ ਨਾ ਰੱਖਿਆ ਤੱਕ ਕੇ ਲੋਕੀ ਖੁਸ਼ੀਆਂ ਮਾਨਣ ਨੂਰੀ ਮੁਖੜਾ ਸਤਿਗੁਰ ਜੀ ਦਾ ਵੰਡ ਸਭ ਨੂੰ ਚਾਨਣ ਪਾਣੀ ਅਵਸਥਾ ਲਾਉਣ ਲੱਗ ਪਏ ਸਤਨਾਮ ਦੀਆਂ ਟਾਰਾਂ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਜੈ
ਕਾਰਾ ਛੋਟੀ ਉਮਰ ਲੈ ਸਮਾਧੀ ਛੋਟੀ ਉਮਰ ਲੈ ਸਮਾਧੀ ਅੱਗੇ ਜਾਣ ਇਸਾਰਾ ਗੁਰਮੁਖ ਦਰ ਤੇ ਲੱਕਾ ਚੁੱਕਣੇ ਜੋਗ ਕਹਿ ਕਵੀ ਸ਼ਾਰਾ ਤਾਈਓ ਉਸ ਦੀ ਉਪਮਾ ਕੀਤੀ ਮੈਲ ਤੇ ਸਰਦਾਰ ਰਾਮਦਾਸ ਦੇ ਜਨਮ ਦਿਹਾੜੇ ਹੋਈਆਂ ਜੈ ਜੈ ਹੋਈਆਂ ਜੈ ਜੈ ਹੋਏ ਹੋਈਆਂ ਜੈ ਜੈ ਕਾ ਜਿੱਥੇ ਮੇਰਾ ਸਤਿਗੁਰ ਬੈਠਾ ਆ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਤਨ ਤਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿੰਨੀ ਡਿੱਠਾ ਲੈ ਛਦਾਏ ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਤੋਵੇ ਪਾਏ ਇੱਕ ਬੜੀ ਪਿਆਰੀ ਪੰਕਤੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਉਂਦੀ ਹੈ ਜਿਹੜੀ ਗੁਰੂ ਅਮਰਦਾਸ ਮਹਾਰਾਜ ਦੇ ਧੰਨਵਾਦ ਵਜੋਂ ਉਚਾਰਨ ਕੀਤੀ ਗਈ ਹੈ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਮਹਾਰਾਜ ਮੇਰੀ ਤੇ ਕੀੜੇ ਦੀ ਗੱਲ ਹੀ ਕੋਈ ਨੀ ਸੀ ਜਿਹਨੂੰ ਤੁਸੀਂ ਬਾਦਸ਼ਾਹੀ ਥਾਪ ਦਿੱਤੀ ਹੈ ਸੱਚ ਜੇਠਾ ਪੰਜਾਂ ਕੁ ਵਰਿਆਂ ਦਾ ਹੋਇਆ ਤੇ ਪਿਤਾ ਚੜ੍ਹਾਈ ਕਰ ਗਿਆ ਸੱਤਾਂ ਕੁ ਵਰਾਂ ਦੇ ਆ ਤੇ ਮਾਂ ਵੀ ਚੜ੍ਹਾਈ ਕਰ ਗਈ ਯਤੀਮ ਦੀ ਕਾਹਦੀ ਜ਼ਿੰਦਗੀ ਹੁੰਦੀ ਹੈ ਜੇਠੇ ਨਾਲ ਲੋਕ ਘਿਰਨਾ ਕਰਨ ਲੱਗ ਪਏ ਕੋਈ ਰੱਬ ਦਾ ਪਿਆਰਾ ਪੁਰਸ਼ ਬਖਸ਼ਿਆ ਹੋਵੇਗਾ ਜਿਹੜਾ ਦੂਜੇ ਦੇ ਪੁੱਤਰ ਨੂੰ ਆਪਣੇ ਪੁੱਤ ਵਰਾ ਮਾਣ ਦੇਵੇ ਭਾਈ ਗੁਰਦਾਸ ਜੀ ਇਸਤਰੀ ਮੋਹ ਦੇ ਜਗਤ ਦਾ ਇੱਕ ਬੜਾ ਸੁੰਦਰ ਪ੍ਰਮਾਣ ਦਿੰਦੇ ਆਪਣੀ ਬਾਣੀ ਵਿੱਚ ਆਂਗਣ ਪੁੱਤ ਗੁਆਂਢਣੀ ਆਂਗਣ ਕਿਹਾ ਗਿਆ ਵਿਹੜੇ ਨੂੰ ਵਿਹੜੇ ਦੇ ਵਿੱਚ ਦੂਜੇ ਦਾ ਪੁੱਤ ਖੇਡਦਾ ਹੋਵੇ ਆ ਕੇ ਤੇ ਉਹਦੇ ਬਾਰੇ ਨਿਸ਼ਚਾ ਕਰੀਏ ਵੀ ਇਹ ਮੇਰਾ ਪੁੱਤ ਹੈ ਆਂਗਣ ਪੁੱਤ ਗੁਆਂਢਣੀ ਕੁੜਾਵਾ ਮਾਣਾ ਇਹ ਝੂਠਾ ਮਾਣ ਹੈ ਕੌਣ ਜੇਠੇ ਰਾਮਦਾਸ ਨੂੰ ਆਪਣੇ ਗਲ ਦੇ ਨਾਲ ਲਾਵੇ ਇਹਨੇ ਕੁਝ ਬਣ ਜਾਣਾ ਇਹਦੇ ਬਾਸਰ ਕੇ ਨਾਨਕੇ ਸਨ ਬਾਸਰ ਕੇ ਨਗਰ ਵਿੱਚ ਗੁਰੂ ਅਮਰਦਾਸ ਮਹਾਰਾਜ ਦਾ ਆਗਮਨ ਹੋਇਆ ਇਸੇ ਨਗਰ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਪੁੱਤਰੀ ਵਿਆਹੀ ਹੋਈ ਸੀ ਜਿਹਦੀ ਰਸਨਾ ਤੋਂ ਬਾਣੀ ਸੁਣ ਕੇ ਗੁਰੂ ਅਮਰਦਾਸ ਮੁਗਧ ਹੋ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਗਏ ਸਨ ਇਸ ਨਗਰ ਵਿੱਚ ਹੀ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਸੀ ਇਤਿਹਾਸਕ ਨਗਰ ਹੈ
ਇੱਥੇ ਜੇਠੇ ਦੀ ਨਾਨੀ ਰਿਹਾ ਕਰਦੀ ਸੀ। ਉਹਨੂੰ ਪਤਾ ਲੱਗਾ ਪਹਿਲਾਂ ਜਵਾਈ ਤੁਰ ਗਿਆ, ਮੁੜ ਕੇ ਧੀ ਨਹੀਂ ਰਹੀ। ਉਹਨੇ ਆਪਣੇ ਦੋਹਤੇ ਨੂੰ ਕੋਲ ਲਿਆ ਕੇ ਪਾਲਣ ਦਾ ਫੈਸਲਾ ਕਰ ਲਿਆ। ਗੁਜ਼ਾਰਾ ਨਾਨੀ ਦਾ ਵੀ ਬੜਾ ਮਾੜਾ ਸੀ। ਜਦੋਂ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਜੇਠੇ ਰਾਮਦਾਸ ਨੂੰ ਇਕੱਲਿਆਂ ਖੇਡਦਿਆਂ ਵੇਖਿਆ ਨਾ, ਜੋ ਉਹਦੇ ਮਨ 'ਤੇ ਘਟਨਾ ਵਾਪਰੀ ਉਹਨੂੰ ਬਿਆਨ ਕਰਨਾ ਤਾਂ ਬੜਾ ਔਖਾ ਹੈ। ਆਪਣੇ ਜਵਾਈ ਦੇ ਘਰ ਦੇ ਦਰਵਾਜ਼ੇ ਨੂੰ ਜਿੰਦਰਾ ਮਾਰ ਕੇ ਚਾਬੀ ਲੈਣ ਵਾਲਾ ਵੀ ਕੋਈ ਨਹੀਂ, ਸਭ ਨੇ ਬਾਈਕਾਟ ਕਰ ਰੱਖਿਆ। ਇਹਨੇ ਕੁਝ ਬਣ ਜਾਣਾ ਤੇ ਰੁਲ ਕੇ ਮਰ ਜਾਏਗਾ, ਨਾਨੀ ਕੋ ਕਿਹੜੀ ਰੋਟੀ ਜਿਹੜੀ ਨੂੰ ਦੇਵੇਗੀ। ਬੜੇ ਭਰੇ ਮਨ ਦੇ ਨਾਲ ਉਹ ਜੇਠੇ ਨੂੰ ਬਾਸਰ ਕੇ ਨਗਰ ਲੈ ਕੇ ਆਈ। ਇੱਥੇ ਘੂਣੀਆਂ ਉਬਾਲ ਕੇ ਦੇਣੀਆਂ, ਜੇਠੇ ਨੇ ਵੇਚਣ ਜਾਣਾ, ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੇਠੇ ਨੂੰ ਘੂਣੀਆਂ ਵੇਚਦਿਆਂ ਵੇਖਿਆ ਅਤੇ ਉਹਦੀ ਨਾਨੀ ਨੂੰ ਕਹਿਣ ਲੱਗੇ, ਜੇ ਇਹਨੇ ਘੂਣੀਆਂ ਵੇਚ ਕੇ ਗੁਜ਼ਾਰਾ ਕਰਨਾ ਤਾਂ ਅਸੀਂ ਇੱਕ ਨਵਾਂ ਨਗਰ ਗੋਇੰਦਵਾਲ ਵਸਾਇਆ, ਤੁਸੀਂ ਉਸੇ ਆ ਕੇ ਵਸ ਜਾਓ। ਵਾਹਿਗੁਰੂ। ਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਤੋਂ ਪ੍ਰੇਰਿਤ ਹੋ ਕੇ ਜੇਠੇ ਦੀ ਨਾਨੀ ਉਹਨੂੰ ਗੋਇੰਦਵਾਲ ਸਾਹਿਬ ਲੈ ਕੇ ਆ ਗਈ। ਇੱਥੇ ਘੂਣੀਆਂ ਉਬਾਲ ਕੇ ਦੇਣੀਆਂ, ਜਿੰਨੀਆਂ ਵਿਕਣੀਆਂ ਵੇਚ ਦੇਣੀਆਂ, ਜਿਹੜੀਆਂ ਬਾਕੀ ਬਚਣੀਆਂ ਨਾ ਉਸੇ ਤਰ੍ਹਾਂ ਹੀ ਸੰਗਤ 'ਚ ਵਰਤਾ ਦੇਣੀਆਂ। ਤੁਹਾਨੂੰ ਦੁਨੀਆਂ ਦਾ ਵੱਡੇ ਤੋਂ ਵੱਡਾ ਬਿਜ਼ਨਸਮੈਨ, ਕਾਰੋਬਾਰੀ, ਕੋਈ ਵਪਾਰੀ ਇਹੋ ਜਿਹਾ ਨਹੀਂ ਹੋਏਗਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਜਿੰਨਾ ਉਹਦਾ ਸੌਦਾ ਵਿਕ ਜਾਵੇ ਬਾਕੀ ਉਤਨੇ ਲੋਕਾਂ 'ਚ ਵੰਡਦੇ। ਇਹ ਸੇਵਾ ਉਸ ਜੇਠੇ ਰਾਮਦਾਸ ਦੇ ਹਿੱਸੇ ਵਿੱਚ ਆਈ। ਸੇਵਾ ਕਰਦਾ ਰਿਹਾ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਆਪਣੇ ਮਹਿਲ ਮਾਤਾ ਮਨਸਾ ਦੇਵੀ ਨੂੰ ਪੁੱਛਣ ਲੱਗੇ, ਮਨਸਾ ਦੇਵੀ ਏ, ਆਪਣੀ ਧੀ ਜਵਾਨ ਹੋਈ ਆ ਅਤੇ ਤੈਨੂੰ ਜਵਾਈ ਕਿਹੋ ਜਿਹਾ ਚਾਹੀਦਾ। ਉਸ ਵੇਲੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਜੇਠੇ ਦੇ ਰੂਪ ਵਿੱਚ ਘੁੰਗਣੀਆਂ ਵੇਚ ਰਹੇ ਸਨ। ਮਨਸਾ ਦੇਵੀ ਨੇ ਆਖਿਆ, ਉਹ ਜਿਹੜਾ ਬੱਚਾ ਘੁੰਗਣੀਆਂ ਵੇਚਣ ਡਿਆ ਨਾ, ਮੈਨੂੰ ਇਹੋ ਜਿਹਾ ਸੋਹਣਾ ਜਵਾਈ ਚਾਹੀਦਾ। ਮਹਾਰਾਜ ਕਹਿਣ ਲੱਗੇ ਵੀ ਇਹਦੇ ਵਰਗਾ ਤਾਂ ਇਹੋ ਹੀ ਆ, ਇਹਦੇ ਵਰਗਾ ਹੋਰ ਨਹੀਂ ਕੋਈ ਵੀ ਹੈਗਾ। ਅੱਜ ਤੁਸੀਂ ਵੇਖ ਲਓ, ਭਾਵੇਂ ਪਿਓ ਪੁੱਤ ਹੋਣ, ਭਾਵੇਂ ਸਕੀਆਂ ਭੈਣਾਂ ਹੋਣ, ਭਾਵੇਂ ਮਾਵਾਂ ਧੀਆਂ ਹੋਣ, ਉਹਨਾਂ ਦੇ ਕੁਝ ਨਾ ਕੁਝ ਤਾਂ ਨੈਣ ਨਕਸ਼ ਇੱਕ ਦੂਜੇ ਨਾਲ ਜ਼ਰੂਰ ਮੇਲ ਖਾਣਗੇ। ਪਰ ਜਿਹੜਾ ਪੂਰਾ ਹੀ ਇੱਕ ਦੂਜੇ ਨਾਲ ਮਿਲ ਜਾਣਾ, ਇਹ ਕਿਤੇ ਅਜੇ ਤੱਕ ਦੁਨੀਆਂ ਵਿੱਚ ਨਹੀਂ ਹੋਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਕੋਈ ਝੁਠਲਾ ਨਹੀਂ ਸਕਦਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪ੍ਰਮਾਣ ਹੈ। ਮੇਰਾ ਪ੍ਰਭ ਸੱਚ ਹੈ, ਇੱਕ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਜਿਹਾ ਉਪਾਇਆ। ਮੈਂ ਗੁਰਬਾਣੀ ਦੇ ਬੜੇ ਪ੍ਰਮਾਣ ਦਿੱਤੇ ਆ, ਬੜੇ ਸੁਲਝੇ ਦਮਦਮੀ ਟਕਸਾਲ ਦੇ ਵਿਦਿਆਰਥੀ ਬੈਠੇ ਆ। ਗੁਰੂ ਕਿਰਪਾ ਕਰੇ, ਮੈਂ ਲੱਗ ਮਾਤਰ ਕਿਤੇ ਉੱਧਰ ਉੱਧਰ ਕਰ ਜਾਂ ਤਾਂ ਮੈਨੂੰ ਕਸ਼ਮਾ ਕਰ ਦਿਓ, ਕਿਉਂਕਿ ਜਿਹੜੀ ਟਕਸਾਲ ਦੀ ਵਿੱਦਿਆ ਨਾ, 3 ਸਾਲ ਬੱਚਾ ਸੰਥਿਆ ਉਹਨੂੰ ਦਿੰਦੇ, 3 ਸਾਲ ਜੇ ਇੱਕ ਅੱਖਰ ਭੁੱਲ ਜੇ ਨਾ ਇੱਕ ਅੰਗ ਦੇ ਵਿੱਚੋਂ,
ਕਹਿੰਦੇ ਵੀ ਇਸ ਅੰਗ ਨੂੰ 25 ਵਾਰਾਂ ਦੁਬਾਰਾ ਪੜ੍ਹ ਕੇ ਆਉਣਾ। ਵਾਹਿਗੁਰੂ। 3 ਸਾਲ ਸੰਥਿਆ ਦੇ ਕੇ ਤੇ ਵਿਦਿਆਰਥੀ ਨੂੰ ਇਹ ਕਹਿੰਦੇ ਵੀ ਆਖਣਾ, ਇਹ ਨਹੀਂ ਆਖਣਾ ਵੀ ਮੈਂ ਬਾਣੀ ਸਿੱਖ ਗਿਆ ਵਾਂ, ਇਹ ਆਖਣਾ ਵੀ ਅਜੇ ਮੈਂ ਬਾਣੀ ਸਿੱਖ ਰਿਹਾ। ਵੱਡੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ 27 ਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕਥਾ ਕੀਤੀ ਤੇ ਇੱਕ ਇੱਕ ਪੰਕਤੀ ਦੇ 33-33 ਅਰਥ ਕੀਤੇ, 33-33 ਤੇ ਆਖਿਆ ਮਾਲਕਾ ਤੇਰੀ ਬਾਣੀ ਦੇ ਅਰਥ ਹੋਰ ਵੀ ਬੜੇ ਹੋਣਗੇ, ਪਰ ਤੂੰ ਪਾਤਸ਼ਾਹ ਸਾਨੂੰ ਇੰਨੀ ਕੁ ਸੋਝੀ ਕਰਾਈ ਹੈ। ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ ਬੜੇ ਵਿਦਵਾਨ ਸਨ, ਹਾਂਦੇ ਇੱਕ ਦਿਨ ਮੈਂ ਵੱਡੇ ਮਹਾਂਪੁਰਸ਼ਾਂ ਨੂੰ ਪੁੱਛਿਆ ਵੀ ਆਹ ਬਾਣੀ ਦੀ ਪੰਕਤੀ ਕਿਤਨਾ ਪੜ੍ਹਨੀ ਚਾਹੀਦੀ ਹੈ, ਤੇ ਇਹ ਨਹੀਂ ਆਖਿਆ ਵੀ ਇਤਨਾ ਪੜ੍ਹਨੀ ਆ। ਆਂਦੇ ਸਾਨੂੰ ਵੱਡੇ ਮਹਾਂਪੁਰਸ਼ ਇਤਨਾ ਪੜ੍ਹਾਇਆ ਕਰਦੇ ਸੀ। ਢਾਈ 3 ਅੰਗ ਹਰ ਰੋਜ਼ ਗੁਰਬਾਣੀ ਦੇ ਮਹਾਂਪੁਰਸ਼ ਪੜ੍ਹਿਆ ਕਰਦੇ ਸੀ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ। ਗਿਆਨੀ ਗੁਰਦੇਵ ਸਿੰਘ ਜੀ, ਜਿਨ੍ਹਾਂ ਦੀ ਤਕਰੀਬਨ 100 ਵਰੇ ਦੀ ਉਮਰ ਸੀ ਕਰੀਬ ਹੋਣੀ ਆ, ਹੁਣੇ ਆ ਪਿਛਲੇ ਦਿਨ ਉਹਨਾਂ ਚੜ੍ਹਾਈ ਕੀਤੀ ਆ, ਇੰਗਲੈਂਡ ਵਿਖੇ ਰਹਿੰਦੇ, ਮੈਨੂੰ ਉਹਨਾਂ ਦੀ ਸੰਗਤ ਪ੍ਰਾਪਤ ਹੋਈ। ਆਂਦੇ ਮੈਂ ਚੌਰ ਸਾਹਿਬ ਦੀ ਸੇਵਾ ਨਿਭਾਇਆ ਕਰਦਾ ਸਾਂ, ਚੌਰ ਸਾਹਿਬ ਦੀ, ਤੇ ਵੱਡੇ ਮਹਾਂਪੁਰਸ਼ ਗੁਰਬਾਣੀ ਪੜ੍ਹਿਆ ਕਰਦੇ ਸੀ ਤੇ 2.5-3 ਅੰਗ ਹੀ ਪੜ੍ਹਿਆ ਕਰਦੇ ਸੀ ਤੇ 2.5-3 ਘੰਟੇ ਲਾ ਦਿਆ ਕਰਦੇ ਸੀ। ਦਰਸ਼ਨ ਦੋ ਦੇਖ ਤ ਦੋਖ ਨਸੈ, ਦਰਸ਼ਨ ਦੇਖ ਤ ਦੋਖ ਨਸੈ, ਦਰਸ਼ਨ ਦੇਖ ਤ ਦੋਖ ਨਸੈ, ਕਭੂ ਨਾ ਹੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੈ, ਕਭੂ ਨਾ ਹੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੈ। ਬਿਲਾਵਰ ਰਾਗ ਦੀ ਬਾਣੀ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨਾ ਚੂਕੈ, ਗੁਰ ਇਹ ਭੇਦ ਬਤਾਵੈ, ਗੁਰ ਇਹ ਭੇਦ ਬਤਾਵੈ, ਗੁਰ ਇਹ ਭੇਦ ਬਤਾਵੈ। ਇੱਕ ਇੱਕ ਪੰਕਤੀ ਨੂੰ ਕਈ ਕਈ ਵਾਰਾਂ ਪੜ੍ਹਨਾ। ਵਾਹਿਗੁਰੂ। 13 ਪ੍ਰਕਰਮਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਰ ਰੋਜ਼ ਕਰਿਆ ਕਰਦੇ ਸੀ, 13 ਪ੍ਰਕਰਮਾਂ। ਇੱਕ ਪ੍ਰਕਰਮ ਉਹ ਪੂਰੇ ਗੁਰਦੁਆਰਾ ਸਾਹਿਬ ਦੀ ਕਰਿਆ ਕਰਦੇ ਸੀ। ਕਿਸੇ ਸੇਵਾਦਾਰ ਨੇ ਪੁੱਛਿਆ, ਮਹਾਂਪੁਰਸ਼ੋ ਜਿਹੜੀ ਤੁਸੀਂ ਪੂਰੇ ਗੁਰਦੁਆਰਾ ਸਾਹਿਬ ਦੀ ਪ੍ਰਕਰਮ ਕਰਦੇ ਜੇ, ਇਹਦਾ ਕੀ ਭਾਵ? ਕਹਿਣ ਲੱਗੇ, ਜਿਹੜੇ ਗੁਰੂ ਕੇ ਗ੍ਰੰਥੀ ਸਾਹਿਬਾਨ, ਜਿਹੜੇ ਸੇਵਾਦਾਰ ਗੁਰਬਾਣੀ ਪੜ੍ਹ ਰਹੇ ਹੁੰਦੇ ਆ, ਜਿਹੜੀਆਂ ਪੋਥੀਆਂ ਮਹਾਰਾਜ ਦੀ ਹਜ਼ੂਰੀ 'ਚ ਪਈਆਂ ਹੁੰਦੀਆਂ, ਉਹਨਾਂ ਸਾਰੀਆਂ ਦੀਆਂ ਪ੍ਰਕਰਮਾਂ ਹੋ ਜਾਂਦੀਆਂ। ਇਹ ਗੱਲਾਂ ਕਿਤੇ ਉਹ ਕਿਤਾਬਾਂ 'ਚੋਂ ਨਹੀਂ ਮਿਲਦੀਆਂ। ਗੁਰੂ ਕਿਰਪਾ ਕਰੇ, 5 ਪ੍ਰਕਰਮਾਂ ਉਹ ਸ੍ਰੀ ਨਿਸ਼ਾਨ ਸਾਹਿਬ ਦੀਆਂ ਕਰਿਆ ਕਰਦੇ ਸੀ। ਇੱਕ ਦਿਨ ਗੁਰਦੇਵ ਸਿੰਘ ਕਹਿਣ ਲੱਗਾ, ਮੇਰੇ ਕੋਲ ਸਾਹਿਬਨ ਗਲਤੀ ਹੋ ਗਈ ਭਿੰਡਰਾਂ ਵਿਖੇ, ਤੇ ਮੇਰੀ ਬਾਂਹ ਤੋਂ ਫੜ ਕੇ ਕਹਿਣ ਲੱਗੇ ਪਚੰਗੀਆ, ਭਾਵੇਂ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਸੀ, ਪਰ ਉਹਨਾਂ ਮੈਨੂੰ ਸਮਝਾਉਣ ਵਾਸਤੇ ਗੱਲ ਆਖੀ, ਪਚੰਗੀਆ 3 ਲੋਕਾਂ ਵਿੱਚ ਕੀ ਕੁਝ ਹੋ ਰਿਹਾ ਉਹ ਸਾਡੇ ਸਾਹਮਣੇ ਆ, ਅੱਜ ਤੋਂ ਬਾਅਦ ਗਲਤੀ ਨਹੀਂ ਇੱਥੇ ਕਰਨੀ। ਗਿਆਨੀ ਪ੍ਰੀਤਮ ਸਿੰਘ ਜੀ ਜਿਹੜੇ ਜੇ ਜਿਉਂਦੇ ਜਾਗਦੇ, ਉਹਨਾਂ ਦੀ ਤਕਰੀਬਨ 100 ਵਰੇ ਦੇ ਕਰੀਬ ਉਮਰ ਹੋਣੀ। ਉਹ ਦਮਦਮੀ ਟਕਸਾਲ ਵਿੱਚ ਲਖਾਰੀ ਦੀ ਸੇਵਾ ਕਰਿਆ ਕਰਦੇ ਸੀ, ਲਖਾਰੀ ਦੀ।
ਆਂਦੇ ਇੱਕ ਦਿਨ ਸੰਤ ਕਰਤਾਰ ਸਿੰਘ ਨਾਲ ਮੈਂ ਬੋਲ ਕਬੋਲ ਕਰ ਬੈਠਾ ਅਤੇ ਵੱਡੇ ਮਹਾਂਪੁਰਸ਼ਾਂ ਨੇ ਮੈਨੂੰ ਝਿੜਕਤਾ ਅਤੇ ਮੈਂ ਉਹਨਾਂ ਦਾ ਇਸ਼ਨਾਨ ਕਰਾਉਣ ਨੇ ਗਿਆ, ਉਹ ਇਸ਼ਨਾਨ ਦੀ ਸੇਵਾ ਕਰਾਇਆ ਕਰਦੇ ਸੀ। ਆਂਦੇ ਮੈਂ ਇਸ਼ਨਾਨ ਕਰਾਉਣ ਗਿਆ, ਇਹਨਾਂ ਨੇ ਰੁੱਸ ਕੇ ਬਹਿ ਗਿਆ ਅਤੇ ਜਦੋਂ ਮਹਾਂਪੁਰਸ਼ਾਂ ਨੂੰ ਪਤਾ ਲੱਗਾ ਨਾ ਵੀ ਸਾਡਾ ਲਖਾਰੀ ਰੁੱਸ ਗਿਆ, ਆਂਦੇ ਮੇਰੇ ਬੂਹੇ 'ਤੇ ਗਾੜੀ ਆ ਕੇ ਕਹਿਣ ਲੱਗੇ, ਲਖਾਰੀਆ ਮੈਨੂੰ ਇੱਕ ਵਾਰ ਮਾਫ ਕਰ ਦੇ। ਆਂਦਾ ਮੈਂ ਕੀ ਆਖਣਾ ਸੀ, ਮੈਂ ਆਂਦਾ ਸਿਰ ਨੀਵਾਂ ਕਰ ਲਿਆ। ਆਂਦੇ ਲਖਾਰੀਆ ਉਹਨਾਂ ਚਿਰ ਤੇਰੇ ਸੀ ਬੂਹੇ 'ਤੇ ਗਾੜੀਓਂ ਜਾਣਾ ਨਹੀਂ, ਜਿੰਨਾ ਚਿਰ ਇਹ ਨਾ ਆਖੇਗਾ ਤੈਨੂੰ ਮਾਫ ਕੀਤਾ। ਇੰਨੀ ਉਹਨਾਂ ਵਿੱਚ ਨਿਮਰਤਾ ਸੀ। ਤੋ ਗੁਰੂ ਕਿਰਪਾ ਕਰੇ, ਜਿਹੜੀ ਦਮਦਮੀ ਟਕਸਾਲ ਦੀ ਵਿੱਦਿਆ ਹਰ ਬੱਚੇ ਨੂੰ ਲੈਣੀ ਚਾਹੀਦੀ, ਇਹ ਨਹੀਂ ਕਿ ਤੁਸੀਂ ਗ੍ਰੰਥੀ ਲੱਗਣਾ ਅਤੇ ਫਿਰ ਸੰਥਿਆ ਲੈਣੀ ਆ, ਇਹ ਹਰ ਮਾਈ ਭਾਈ ਦਾ ਇਹ ਫਰਜ਼ ਬਣਦਾ ਸੀ ਗੁਰਬਾਣੀ ਦੀ ਸੰਥਿਆ ਲਈਏ। ਗੁਰੂ ਕਿਰਪਾ ਕਰੇ, ਤੋ ਗੱਲ ਕਰ ਰਿਹਾ ਸਾਂ ਗੁਰੂ ਰਾਮਦਾਸ ਮਹਾਰਾਜ ਦੀ। ਮਹਾਰਾਜ ਕਹਿਣ ਲੱਗੇ ਵੀ ਇਹਦੇ ਵਰਗਾ ਤਾਂ ਇਹੋ ਹੀ ਆ, ਅੱਜ ਲੱਖਾਂ ਬੱਚੇ ਜਨਮ ਲੈ ਰਹੇ ਆ, ਉਹਨਾਂ ਦੇ ਫਿੰਗਰ, ਉਹਨਾਂ ਦੀ ਤੋਰ, ਉਹਨਾਂ ਦਾ ਬੋਲ ਤੁਹਾਨੂੰ ਅਲੱਗ ਅਲੱਗ ਮਿਲੇਗਾ। ਤੁਸੀਂ ਬੰਦਿਆਂ ਦੀ ਗੱਲ ਤਾਂ ਛੱਡੋ, ਇੱਕ ਦਰਖਤ ਨੂੰ ਕਿੰਨੇ ਫਲ ਲੱਗੇ ਹੁੰਦੇ ਆ, ਇੱਕ ਫਲ ਦੂਜੇ ਫਲ ਵਰਗਾ ਨਹੀਂ ਗਾ, ਉਹਦੀ ਬਣਤਰ ਵਿੱਚ, ਆਕਾਰ ਵਿੱਚ, ਮਿਠਾਸ ਵਿੱਚ, ਵਜਨ ਵਿੱਚ ਤੁਹਾਨੂੰ ਫਰਕ ਮਿਲੇਗਾ। ਇੱਕ ਪੱਤਾ ਵੀ ਦੂਜੇ ਪੱਤੇ ਨਾਲ ਮੇਲ ਨਹੀਂ ਖਾਂਦਾ। ਮਨਸਾ ਦੇਵੀ ਇਹਦੇ 'ਚ ਕੀ ਕਮੀ ਆ, ਮਹਾਰਾਜ ਤੇ ਗਰੀਬ ਆ। ਮਹਾਰਾਜ ਕਹਿਣ ਲੱਗੇ ਤੂੰ ਕੋਹੇ ਨੂਰ ਦਾ ਹੀਰਾ ਲੱਭਣ ਜਾਏਗੀ ਨਾ, ਤੈਨੂੰ ਕੋਹੇ ਨੂਰ ਦਾ ਹੀਰਾ ਤੇ ਲੱਭ ਜੂਗਾ, ਪਰ ਤੈਨੂੰ ਜੇਠੇ ਵਰਗਾ ਜਵਾਈ ਕਿਤੇ ਉਹ ਨਹੀਂ ਮਿਲਣਾ। ਇਹਦੇ ਵਿੱਚ ਕੀ ਘਾਟ ਆ, ਮਹਾਰਾਜ ਤੇ ਗਰੀਬ ਆ। ਮੁੱਠ ਘੁੰਗਣੀਆਂ ਦੀ ਛਾਪੇ 'ਚ ਪਾ ਕੇ ਵੇਚ ਕੇ ਗੁਜ਼ਾਰਾ ਕਰਨ ਡਿਆ, ਜੇ ਧੀ ਲਾੜ ਲਾਤੀ ਤੇ ਭੁੱਖੀ ਮਰ ਜੂਗੀ ਸਾਰੀ ਉਮਰ। ਗੁਰੂ ਅਮਰਦਾਸ ਮਹਾਰਾਜ ਮੇਰਾ ਦੇ ਘਰ ਵਿੱਚ ਆਏ ਤੇ ਕਹਿਣ ਲੱਗੇ ਮਨਸਾ ਦੇਵੀਏ ਇਸ ਗੱਲ ਦਾ ਫਿਕਰ ਨਾ ਕਰੀ, ਇਹ ਘੁੰਗਣੀਆਂ ਦਾ ਛਾਪਾ ਇੱਕ ਦਿਨ ਸੋਨੇ ਦਾ ਛਤਰ ਬਣ ਜਾਏਗਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਆਓ ਗੁਰੂ ਅਮਰਦਾਸ ਮਹਾਰਾਜ ਕਿਸ ਤਰ੍ਹਾਂ ਉਸ ਜੇਠੇ ਤੇ ਮਿਹਰਬਾਨ ਹੋ ਰਹੇ ਆ, ਲੈਣਾ ਬੜੀਆਂ ਕਾਬਲੇ ਗੌਰ ਇੰਜ ਬਿਆਨ ਕੀਤੀਆਂ ਜਾ ਰਹੀਆਂ। ਵੇਖਿਆ ਸਤਿਗੁਰ ਜੀ ਨੇ ਜੇਠਾ ਵਿੱਚ ਘੁੰਗਣੀਆਂ, ਵੇਖਿਆ ਸਤਿਗੁਰ ਜੀ ਨੇ ਜੇਠਾ ਵਿੱਚ ਘੁੰਗਣੀਆਂ, ਉਹ ਸਾਰੀ ਦੁਨੀਆ ਨਾਲੋਂ ਜਿਸ ਦੀ ਸ਼ਕਲ ਨਿਆਰੀ, ਸਾਰੀ ਦੁਨੀਆ ਨਾਲੋਂ ਜਿਸ ਦੀ ਸ਼ਕਲ ਨਿਆਰੀ। ਵੇਖਿਆ ਸਤਿਗੁਰ ਜੀ ਨੇ ਜੇਠਾ ਵਿੱਚ ਘੁੰਗਣੀਆਂ, ਵੇਖਿਆ ਸਤਿਗੁਰੂ ਜੀ ਨੇ ਜੇਠਾ ਵਿੱਚ ਘੁੰਗਣੀਆਂ, ਉਹ ਸਾਰੀ ਦੁਨੀਆ ਨਾਲੋਂ ਜਿਸ ਦੀ ਸ਼ਕਲ ਨਿਆਰੀ, ਸਾਰੀ ਦੁਨੀਆ ਨਾਲੋਂ ਜਿਸ ਦੀ ਸ਼ਕਲ ਨਿਆਰੀ। ਨੱਕ ਨੂਰਾਨੀ ਚਿਹਰਾ ਡਲਕਾ ਮਾਰਦਾ, ਤਿੱਖਾ ਨੱਕ ਨੂਰਾਨੀ ਚਿਹਰਾ ਡਲਕਾ ਮਾਰਦਾ, ਵੇਖਣ ਨੂੰ ਤਾਂ ਜਾਪੇ ਕੋਈ ਤਪਸਵੀ ਬਾਰੀ, ਵੇਖਣ ਨੂੰ ਤਾਂ ਜਾਪੇ ਕੋਈ ਤਪਸਵੀ ਬਾਰੀ।
ਕਰਦਾ ਏ ਮੈਂ ਵਾਰੀ ਮੁਖੜਾ ਭੋਲਾ ਪਾਲਾ ਹਸੂ ਹਸੂ ਪਿਆ ਕਰਦਾ ਏ ਓ ਹਰਤ ਮਨੇੜਾ ਦੇ ਵਿੱਚ ਰਹਿੰਦੀ ਨਾ ਮੁਖ ਮਾਰੀ ਹਰਤ ਮਨੇੜਾ ਦੇ ਵਿੱਚ ਰਹਿੰਦੀ ਨਾ ਮੁਖ ਮਾਰੀ ਦੁਨੀਆ ਨੂੰ ਨਸ਼ੀਲੇ ਦੇ ਮੋਦੇ ਨੇ ਕੁੱਲ ਦੁਨੀਆ ਨੂੰ ਉਹ ਸਜਦੇ ਕਰਦੀ ਚਾਪੇ ਆਣ ਸਿਰ ਸਿੱਟੀ ਸਾਰੀ ਸਜਦੇ ਕਰਦੀ ਚਾਪੇ ਆਣ ਸਿਰ ਸਿੱਟੀ ਸਾਰੀ ਬੈਠਾ ਚਾਪੇ ਤੀਰਜ ਧਰਮ ਦਇਆ ਦੀ ਮੂਰਤੀ ਬੈਠਾ ਜਾਪੇ ਤੀਰਜ ਧਰਮ ਦਇਆ ਦੀ ਮੂਰਤੀ ਉਹ ਹਸਦੀ ਉੱਚੀ ਏ ਤੇ ਦਿਸਦੀ ਰੂਹ ਅਵਤਾਰੀ ਹਸਦੀ ਉੱਚੀ ਏ ਤੇ ਦਿਸਦੀ ਰੂਹ ਅਵਤਾਰੀ ਕਿਸੇ ਨੂੰ ਘੱਟ ਦੇਵੇ ਨਾ ਵੱਧ ਕਿਸੇ ਤੋਂ ਲੈਂਦਾ ਨੀ ਕਿਸੇ ਨੂੰ ਘੱਟ ਦੇਵੇ ਨਾ ਵੱਧ ਕਿਸੇ ਤੋਂ ਲੈਂਦਾ ਨੀ ਹੋਈ ਉਹ ਚਕਰਾਣੀ ਦਾਤੇ ਜਾਪੇ ਸਾਫ ਵਿਆਰੀ ਉੱਚ ਕਰਾਣੀ ਦਾਤੇ ਜਾਪੇ ਸਾਫ ਵਿਆਰੀ ਮਨ ਨੂੰ ਮਾਣੀ ਸੂਰਤ ਸਿਰਜੀ ਸਿਰਜਣਹਾਰ ਨੇ ਮਨ ਨੂੰ ਮੋਣੀ ਸੂਰਤ ਸਿਰਜੀ ਸਿਰਜਣਹਾਰ ਨੇ ਉਹ ਇਸ ਦੇ ਸਾਡੀ ਦੀਨਾ ਲਿਖੇ ਸੰਯੋਗ ਨਖਾਰੀ ਇਸ ਦੇ ਸਾਡੀ ਦੀਨਾ ਲਿਖੇ ਸੰਯੋਗ ਲਖਾਰੀ ਠੀਕ ਆਖਦੀ ਹੈ ਪਾਨੀ ਦੇ ਹਾਣ ਦਾ ਓ ਤੂੰ ਏ ਠੀਕ ਆਖਦੀ ਹੈ ਪਾਨੀ ਦੇ ਹਾਣ ਦਾ ਚਾਪੇ ਆਪ ਵਧਾਤਾ ਮਿਹਨਤ ਨਾਲ ਸ਼ਿੰਗਾਰੀ ਚਾਪੇ ਆਪ ਵਧਾਤਾ ਮਿਹਨਤ ਨਾਲ ਸ਼ਿੰਗਾਰੀ ਹੱਸ ਕੇ ਬੋਲੇ ਸ਼ੈਨ ਸ਼ਾਮਾਣ ਨਮਾਣਿਆ ਦਾ ਫਿਰ ਹੱਸ ਕੇ ਬੋਲੇ ਸ਼ੈਨ ਸ਼ਾਮੀ ਕਹਿੰਦਾ ਹੁੰਦੀ ਅਕਲ ਵਿੱਚ ਸਰਦਾਰੀ ਜੋਗੀ ਕਹਿੰਦਾ ਹੁੰਦੀ ਅਕਲ ਵਿੱਚ ਸਰਦਾਰੀ ਜਬ ਆ ਗਏ ਕਤਰੇ ਸੇ ਦਰਿਆ ਕਰ ਦਿਆ ਜਿਸ ਪਰ ਪੜੀ ਨਦਰ ਬੰਦੇ ਸੇ ਮੌਲਾ ਕਰ ਦਿਆ ਉਹਦੀਆਂ ਬਖਸ਼ਾ ਉਹ ਕਿਨੂੰ ਕਿਨੂੰ ਵੰਡਦਾ ਵਾਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਅਟਲ ਹੋਏ ਅੱਜ ਹਰਿਮੰਦਰ ਸਾਹਿਬ ਜੀ ਦੇ ਆਪਾਂ ਘਰ ਬੈਠੇ ਹੀ ਦਰਸ਼ਨ ਕਰ ਲੈਂਦੇ ਹਾਂ ਉਸ ਘੁੰਗਣੀਆਂ ਵੇਚਣ ਵਾਲੇ ਜੇਠੇ ਗੁਰੂ ਰਾਮਦਾਸ ਮਹਾਰਾਜ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਉਸ ਜੇਠੇ ਰਾਮਦਾਸ ਦੇ ਨਾਲ ਕਰ ਦਿੱਤਾ ਅੱਜ ਵੀ ਅਸੀਂ ਧੀਆਂ ਵਿਆਹੁਣੇ ਅਤੇ ਦਾਜ ਦੇ ਕੇ ਵੱਧ ਤੋਂ ਵੱਧ ਅਸੀਂ ਸੁਖੀ ਵਸਾਉਣਾ ਚਾਹੁੰਦੇ ਹਾਂ ਵੀ ਜਿੰਨਾ ਦਾਜ ਵੱਧ ਦੇਵਾਂਗੇ ਜਿੰਨੀ ਗੱਡੀ ਵੱਡੀ ਦੇਵਾਂਗੇ
ਸੋਨਾ ਜ਼ਿਆਦਾ ਪਾਵਾਂਗੇ, ਸਾਡੀ ਧੀ ਜਿਹੜੀ ਹੈ ਨਾ ਉਹ ਸਹੁਰਿਆਂ ਘਰ ਜਾ ਕੇ ਸੁਖੀ ਵਸੇਗੀ। ਪਰ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਧੀ ਨੂੰ ਇੱਕ ਦੁਨੀਆ ਨਾਲੋਂ ਵੱਖਰਾ ਦਾਜ ਦਿੱਤਾ। ਇੱਕ ਕਾਗਜ਼ ਉੱਤੇ ਤਿੰਨ ਭੱਬੇ ਲਿਖ ਕੇ ਦਿੱਤੇ, ਆਖਿਆ ਬੇਟਾ ਜੇ ਇਹਨਾਂ ਭੱਬਿਆਂ 'ਤੇ ਅਮਲ ਕਰੇਗੀ ਨਾ ਤੇਰਾ ਜੀਵਨ ਸੁਖਾਲਾ ਰਹੇਗਾ, ਤੈਨੂੰ ਕਦੀ ਤੱਤੀ ਵਾ ਨਹੀਂ ਲੱਗੇਗੀ, ਤੇਰਾ ਜੀਵਨ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੇਗਾ। ਉਹ ਭੱਬਿਆਂ ਦਾ ਅਰਥ ਕੀ ਸੀ? ਬੇਟਾ ਪਹਿਲਾ ਭੱਬਾ ਤੈਨੂੰ ਸਿੱਖਿਆ ਦੇਵੇਗਾ, ਜੇ ਤੇਰਾ ਪਤੀ ਕੋਈ ਤੈਨੂੰ ਕੰਮ ਦੱਸੇ ਨਾ, ਆਖਣਾ ਭੱਬਾ ਭਲਾ ਜੀ, ਜੋ ਕੰਮ ਦੱਸੇ ਆਖਣਾ ਭੱਬਾ ਭਲਾ ਜੀ। ਬੇਟਾ ਜੇ ਤੇਰੇ ਕੋਈ ਜ਼ਿੰਦਗੀ ਵਿੱਚ ਗਲਤੀ ਹੋ ਜੇ ਤੇ ਅੱਗਿਓਂ ਬੈਸਣਾ ਨਹੀਂ, ਅੱਗਿਓਂ ਜਿੱਦ ਨਹੀਂ ਕਰਨੀ, ਮੋੜ ਕੇ ਜਵਾਬ ਨਹੀਂ ਉਹਦਾ ਦੇਣਾ, ਆਖਣਾ ਭੱਬਾ ਭੁੱਲੀ ਜੀ। ਜਿਹੜੀ ਬੀਬੀ ਜਿਹੜੀ ਨੂੰਹ ਆਪਣੀ ਸੱਸ ਨੂੰ ਇਹ ਆਖੇ ਵੀ ਮੇਰੇ ਸੱਤ ਭਰਾ ਵਾ, ਜੇ ਮੈਨੂੰ ਵਾਧ ਘੱਟ ਬੋਲੀਓ ਤੇ ਤੇਰੇ ਪਾਸੇ ਬਣਾ ਦੂੰਗੀ, ਉਹ ਨੂੰਹ ਕਦੇ ਸਹੁਰਿਆਂ ਘਰ ਸੁਖੀ ਨਹੀਂ ਬਣ ਸਕਦੀ। ਗੁਰੂ ਅਮਰਦਾਸ ਨੇ ਸਿੱਖਿਆ ਦਿੱਤੀ, ਬੇਟਾ ਤੇਰੇ ਕੋਈ ਭੁੱਲ ਹੋ ਜੇ ਤੇ ਗਾੜੀਓਂ ਬੈਸਣਾ ਨਹੀਂ, ਜਿੱਦਣਾ ਨਹੀਂ, ਆਖਣਾ ਭੱਬਾ ਭੁੱਲੀ ਜੀ ਭੁੱਲੀ ਜੀ। ਬੇਟਾ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਮੇਲ ਹੈ, ਜਿੱਥੇ ਸੁੱਖ ਦੀਆਂ ਘੜੀਆਂ ਮਨੁੱਖ ਵੇਂਦਾ ਉੱਥੇ ਦੁੱਖ ਦੀਆਂ ਵੀ ਘੇਰਾ ਆਣ ਪਾ ਬੈਂਦੀਆਂ। ਵਾਹਿਗੁਰੂ। ਬੇਟਾ ਜੇ ਤੇਰੇ ਘਰ ਵਿੱਚ ਕੋਈ ਦੁੱਖ ਦੀ ਘੜੀ ਆ ਜੇ ਤੇ ਆਖਣਾ ਭੱਬਾ ਭਾਣਾ ਜੀ ਭਾਣਾ ਜੀ, ਭੱਬਾ ਭਲਾ ਜੀ, ਭੱਬਾ ਭੁੱਲੀ ਜੀ, ਭੱਬਾ ਭਾਣਾ ਜੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਉਸ ਬੀਬੀ ਭਾਨੀ ਨੇ ਕਮਾਏ। ਅੰਤਰਜਾਮੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਅੰਤਰ ਧਿਆਨ ਹੋ ਕੇ ਵੇਖ ਲਿਆ ਵੀ ਜੇਠੇ ਦੀ ਉਮਰ ਬੜੀ ਥੋੜ੍ਹੀ ਰਹਿ ਗਈ ਹੈ, ਤੇ ਆਖਿਆ ਭਾਨੀਏ ਪੁੱਤ ਭਾਨੀਏ ਜੇ ਤੇਰਾ ਪਤੀ ਚੜ੍ਹਾਈ ਕਰ ਜੇ ਤੇ ਤੂੰ ਕੀ ਕਰੇਗੀ। ਤੇ ਭਾਨੀ ਦਾ ਮਨ ਜਿਹੜਾ ਗੁਰੂ ਦੇ ਬਚਨਾਂ ਵਿੱਚ ਭਿੱਜ ਗਿਆ ਸੀ, ਉਹਨੇ ਆਖਿਆ ਪਿਤਾ ਜੀ ਫਿਰ ਮੈਂ ਉਸ ਪਰਮੇਸ਼ਰ ਦੇ ਭਾਣੇ ਵਿੱਚ ਆਪਣਾ ਜੀਵਨ ਬਤੀਤ ਕਰ ਲੂੰਗਾ। ਤੇ ਗੁਰੂ ਅਮਰਦਾਸ ਫਿਰ ਖੁਸ਼ ਹੋਏ ਤੇ ਆਪਣੀ ਉਮਰ ਮਾਰਨੇ ਰਹਿੰਦੀ ਹੋਈ ਉਸ ਜੇਠੇ ਰਾਵਣ ਦਾਤ ਨੂੰ ਦਿੱਤੀ। ਗੁਰੂ ਅਮਰਦਾਸ ਮਹਾਰਾਜ ਦਾ ਜਵਾਈ ਜੇਠਾ ਬਣ ਗਿਆ, ਤੇ ਇਹ ਨਹੀਂ ਵੀ ਹੁਣ ਮੈਂ ਜਵਾਈ ਬਣ ਗਿਆ ਤੇ ਹੁਣ ਮੈਂ ਪਲੰਘ ਤੇ ਚੜ੍ਹ ਕੇ ਬਹਿ ਜਾਣਾ। ਉਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦਾ ਰਿਹਾ, ਭਾਂਡੇ ਮਾਜਦਾ ਰਿਹਾ, ਜੋੜੇ ਝਾੜਦਾ ਰਿਹਾ, ਟੋਕਰੀ ਢੋਂਦਾ ਰਿਹਾ। ਇੱਕ ਦਿਨ ਜੇਠੇ ਦੇ ਤਾਏ ਤੇ ਚਾਚੇ ਉਹਨਾਂ ਹਰਿਦੁਆਰ ਦੀ ਯਾਤਰਾ ਜਾਣਾ ਸੀ, ਜਦੋਂ ਤੇ ਯਤੀਮ ਹੋ ਗਿਆ ਉਦੋਂ ਤੇ ਕਿਸੇ ਨੇ ਗੱਲ ਨਾ ਲਾਇਆ ਨਾ, ਅੱਜ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਭਤੀਜਾ ਗੁਰੂ ਘਰਦਿਆਂ ਦਾ ਜਵਾਈ ਬਣ ਗਿਆ ਤੇ ਟੌਰ ਨਾ ਪਲੰਘੇ ਤੇ ਚੜ੍ਹ ਕੇ ਬੈਠਾ ਹੋਣਾ, ਸੇਵਾਦਾਰ ਉਹਦੀ ਸੇਵਾ ਵਿੱਚ ਤਤਪਰ ਤਿਆਰ ਹੋਣੇ ਆ, ਨਾਲੇ ਤੇ ਉੱਥੇ ਰਾਤ ਕੱਟਾਂਗੇ ਜੇਠੇ ਦੇ ਕੋਲ ਤੇ ਨਾਲੇ ਚੰਗਾ ਚੋਖਾ ਛਕਾਂਗੇ। ਇਹ ਸਾਰੇ ਜੇਠੇ ਦੇ ਤਾਏ ਤੇ ਚਾਚੇ ਲਾਹੌਰ ਤੋਂ ਸ੍ਰੀ ਗੋਇੰਦਵਾਲ ਸਾਹਿਬ ਆਏ ਆ। ਜਦੋਂ ਉਸ ਜੇਠੇ ਰਾਮਦਾਸ ਨੂੰ ਲੰਗਰ ਵਰਤਾਉਂਦਿਆਂ ਵੇਖਿਆ
ਜਦੋਂ ਟੋਕਰੀ ਢੋਂਦਿਆਂ ਵੇਖਿਆ ਅੱਗ ਲੱਗ ਗਈ ਜੇਠੇ ਦੇ ਤਾਇਆਂ ਤੇ ਚਾਚਿਆਂ ਨੂੰ ਉਹਨੇ ਆਖਿਆ ਕੀ ਹੋ ਗਿਆ ਜੇ ਲਾਹੌਰੀਆਂ ਦਾ ਮੁੰਡਾ ਯਤੀਮ ਹੋ ਗਿਆ ਸੀ ਉੱਥੇ ਤਾਇਆਂ ਚਾਚਿਆਂ ਦੇ ਕੋਲੋਂ ਮੰਗ ਕੇ ਰੋਟੀਆਂ ਖਾ ਲੈਂਦਾ ਉਹ ਇੱਥੇ ਸਹੁਰਿਆਂ ਦੇ ਘਰ ਕਮੀਆਂ ਵਰਗੇ ਕੰਮ ਕਰਕੇ ਸਾਡਾ ਨਕਦ ਨਾ ਵਢਾਉਂਦਾ ਬੜਾ ਵਾਧ ਘਾਟ ਬੋਲੀ ਜਾ ਰਿਹਾ ਇੱਕ ਸੇਵਾਦਾਰ ਨੇ ਜਾ ਕੇ ਦੱਸਿਆ ਮਹਾਰਾਜ ਬਾਹਰ ਕੋਈ ਓਪਰ ਜੇ ਬੰਦੇ ਆਏ ਤੇ ਬੜਾ ਵਾਧ ਘਾਟ ਬੋਲੀ ਜਾ ਰਹੇ ਆ ਮਿੱਠਾ ਬੋਲਣੇ ਤੇ ਜੱਗ ਖੁਸ਼ ਹੁੰਦਾ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ 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 ਕਿਸੇ ਦੇ ਕੌੜੇ ਬੋਲਾਂ ਨੂੰ ਜਰ ਜਾਣਾ ਇਹ ਵੱਡੇ ਜਿਗਰੇ ਦੀ ਗੱਲ ਹੈ ਸੱਚ ਹੈ ਉਹ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਵਾਹਿਗੁਰੂ ਸਿੰਘੋ ਜਿਨ੍ਹਾਂ ਵਿੱਚ ਧਰਤੀ ਵਰਗਾ ਧੀਰ ਸੀ ਧਰਤੀ ਵਰਗਾ ਜਦੋਂ ਗੁਰਦਾ ਗੱਦੀ ਤੇ ਬੈਠੇ ਸੀ ਤੇ ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾਤੂ ਤੇ ਦਾਸੂ ਉਹਨਾਂ ਨੇ ਈਰਖਾ ਹੋ ਕੇ ਵਸ ਹੋ ਕੇ ਤੇ ਲੱਤ ਮਾਰੀ ਸੀ ਗੁਰੂ ਅਮਰਦਾਸ ਜੀ ਦੇ ਵਾਹਿਗੁਰੂ ਵਾਹਿਗੁਰੂ ਤੇ ਚਰਨ ਫੜ ਕੇ ਕਹਿਣ ਲੱਗੇ ਦਾਤੂ ਦੇ ਕਹਿਣ ਲੱਗੇ ਮੇਰੇ ਗੁਰੂ ਦੇ ਪੁੱਤਰ ਦੇ ਪੈਰ ਬੜੇ ਕੂਲੇ ਆ ਮੇਰੀਆਂ ਹੱਡੀਆਂ ਬੜੀਆਂ ਸਖਤ ਆ ਕਿਤੇ ਸੱਟ ਨੀ ਲੱਗ ਗਈ ਇੰਨੀ ਨਿਮਰਤਾ ਵਾਲੇ ਸੀ ਗੁਰੂ ਅਮਰਦਾਸ ਮਹਾਰਾਜ ਵਾਹਿਗੁਰੂ ਕਹਿਣ ਲੱਗੇ ਮੇਰੇ ਜਿਨ੍ਹਾਂ ਵਿੱਚ ਧਰਤੀ ਵਰਗਾ ਧੀਰ ਸੀ ਆਖਿਆ ਮੇਰੇ ਜਵਾਤਰੇ ਦੇ ਤਾਇਓ ਤੇ ਚਾਚਿਓ ਉਹ ਜਿਨ੍ਹਾਂ ਰਾਹਾਂ ਤੋਂ ਤੁਸੀਂ ਲੰਘ ਕੇ ਆਏ ਜੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਉਹ ਜਿਹਨੂੰ ਤੁਸੀਂ ਨਥਾਵਾਂ ਆਉਂਦੇ ਜੇ ਇੱਕ ਦਿਨ ਥਾਵਿਆਂ ਦਾ ਥਾਂ ਬਣੇਗਾ ਵਾਹ ਵਾਹ ਇਹਦੇ ਦਰ ਤੇ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਆ ਕੇ ਝੁਕਣਗੀਆਂ ਸੱਚ ਹੈ ਉਹ ਗੁਰੂ ਅਮਰਦਾਸ ਦੇ ਉਹ ਵੀ ਬਚਨ ਅਟਲ ਹੋਏ ਤੁਸੀਂ ਵੇਖਿਆ ਹੋਣਾ ਪਿੱਛੇ ਕੈਨੇਡਾ ਦਾ ਪ੍ਰਧਾਨ ਮੰਤਰੀ ਟਿਊਡੋ ਜਿਹਨੇ ਆ ਕੇ ਲੰਗਰ ਵੀ ਪਕਾਇਆ ਲੰਗਰ ਵਰਤਾਇਆ ਵੀ ਔਰ ਸੇਵਾ ਵੀ ਭਾਂਡਿਆਂ ਦੀ ਕੀਤੀ ਮਹਾਰਾਜ ਕਹਿਣ ਲੱਗੇ ਇਹਦੇ ਦਰ ਤੇ ਆ ਕੇ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਝੁਕਣਗੀਆਂ ਵਾਹ ਵਾਹ ਜਿਹੜੀ ਇਹਦੇ ਸਿਰ ਤੇ ਟੋਕਰੀ ਤੁਸੀਂ ਵੇਖ ਰਹੇ ਜੇ ਨਾ ਇਹ ਟੋਕਰੀ ਨਹੀਂ ਇਹਦੇ ਸੀਸ ਤੇ ਖੁਦਾਈ ਦਾ ਤਾਜ ਹੈ ਵਾਹ ਵਾਹ ਜਿਹੜੀ ਇਹਦੇ ਹੱਥ ਵਿੱਚ ਦਾਲ ਦੀ ਬਾਲਟੀ ਫੜੀ ਹੋਈ ਹੈ ਨਾ ਇਹਦੇ ਹੱਥ ਵਿੱਚ ਸਾਰੀ ਦੁਨੀਆਂ ਦਾ ਰਿਜ਼ਕ ਫੜਿਆ ਹੋਇਆ ਸਾਰੀ ਦੁਨੀਆਂ ਦਾ ਵਾਹਿਗੁਰੂ ਗੁਰੂ ਕੇ ਸਿੱਖੋ ਤੁਹਾਨੂੰ ਦੁਨੀਆਂ 'ਚ ਬੜੇ ਬੜੇ ਅਮੀਰ ਸ਼ਹਿਰ ਮਿਲਣਗੇ ਉੱਥੇ ਵੀ ਕੋਈ ਗਰੀਬ ਭੁੱਖਾ ਸੌਂਦਾ ਹੋਏਗਾ ਕੇਵਲ ਤੇ ਕੇਵਲ ਇੱਕੋ ਹੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹੈ ਜਿੱਥੇ ਕੋਈ ਕਦੇ ਕੰਗਾਲ ਤੋਂ ਕੰਗਾਲ ਬੰਦਾ ਵੀ ਭੁੱਖਾ ਨਹੀਂ ਜੇ ਸੁੱਤਾ ਵਾਹ ਵਾਹ 24 ਘੰਟੇ ਨਿਰੰਤਰ ਗੁਰਬਾਣੀ ਦਾ ਜਾਪ ਤੇ 24 ਘੰਟੇ ਲੰਗਰ ਜਦੋਂ ਤੁਸੀਂ ਜਾਓ ਗੋਲੀਆਂ ਵਰਦੀਆਂ ਵਿੱਚ ਵੀ ਉੱਥੇ ਗੁਰਬਾਣੀ ਦਾ ਜਾਪ ਉਸੇ ਤਰ੍ਹਾਂ ਨਿਰੰਤਰ ਜਾਰੀ ਰਿਹਾ ਸੱਚ ਹੈ ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕੀਤਾ ਕਿ ਤੁਸੀਂ ਅੰਮ੍ਰਿਤਸਰ ਸ਼ਹਿਰ ਜਾ ਕੇ ਵਸਾਓ ਤੁੰਗ ਪਿੰਡ ਦੇ ਜ਼ਿਮੀਂਦਾਰ ਦੇ ਕੋਲੋਂ 700 ਰੁਪਈਏ 'ਚ 500 ਵਿਘਾ ਜ਼ਮੀਨ ਖਰੀਦ ਕੇ ਅਤੇ ਇੱਥੇ ਸਰੋਵਰ ਦਾ ਟੱਪ ਲਾਇਆ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੀ ਮਹਿਮਾ ਜਿਹੜੀ ਆ ਉਹ ਕਹਿਣ ਅਤੇ ਕਥਨ ਤੋਂ ਬਾਹਰੀ ਹੈ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਡਿੱਠੇ ਸਭੇ ਥਾਵ ਨਹੀਂ ਨਹੀਂ ਤੁਧ ਜਿਹਾ ਪਤੋ
ਬੁੱਧ ਹੋ ਪੁਰਖ ਬਦਾਤੇ ਤਾਂ ਤੂੰ ਸੋਇਆ ਸੰਤ ਹੋ ਰਾਮਦਾਸ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਉਧਾਰ ਹੋਆ ਹੈ ਜੀ ਕਾ ਆਪ ਸਾਰੇ ਇਹ ਇਤਿਹਾਸ ਤੇ ਸੁਣਦੇ ਜੇ ਵੀ ਉੱਥੇ ਕਾਲੇ ਕਾਨ ਉਹ ਛੱਪੜੀ ਵਿੱਚੋਂ ਨਹਾ ਕੇ ਅਣਸ ਬਣ ਗਏ ਸੀ ਵਾਹਿਗੁਰੂ ਤੇ ਕੋੜੇ ਦਾ ਕੋੜ ਦੂਰ ਹੋ ਗਿਆ ਸੀ ਆਪਾਂ ਇਤਿਹਾਸ ਸਾਰੇ ਸੁਣਦੇ ਹਾਂ ਸਿੰਘੋ ਅੱਜ ਨਹੀਂ ਹੁੰਦਾ ਅੱਜ ਵੀ ਉਸੇ ਤਰ੍ਹਾਂ ਉੱਥੇ ਦੁੱਖ ਕੱਟੇ ਜਾਂਦੇ ਆ ਜੇ ਕੋਈ ਸ਼ਰਧਾ ਧਾਰ ਕੇ ਜਾਵੇ ਤੇ ਇੱਕ ਅਜਨਾਲੇ ਪਿੰਡ ਦੇ ਰਹਿਣ ਵਾਲੀ ਬੀਬੀ ਸੀ ਜਿਹਨੂੰ ਕੈਂਸਰ ਦਾ ਭਿਆਨਕ ਰੋਗ ਹੋ ਗਿਆ ਤੇ ਘਰਦਿਆਂ ਨੇ 25 ਲੱਖ ਰੁਪਈਆ ਉਸ ਬੀਬੀ ਤੇ ਖਰਚ ਕੀਤਾ 25 ਲੱਖ ਤੇ ਡਾਕਟਰਾਂ ਨੇ ਆਖਿਆ ਇਹਦੇ ਸਾਰੇ ਸਰੀਰ ਵਿੱਚ ਕੈਂਸਰ ਫੈਲ ਗਿਆ ਵਾਹਿਗੁਰੂ ਇਹਨੇ ਹੁਣ ਬਚਣਾ ਨਹੀਂ ਗਾ ਜਿੰਨੇ ਕਿਹਦੇ ਸਵਾਸ ਆ ਤੁਸੀਂ ਉੱਜੜੋ ਨਾ ਐਵੇਂ ਇਹਨੂੰ ਘਰ ਲੈ ਜਾਓ ਤੇ ਇਹਦੀ ਸੇਵਾ ਕਰੋ ਜਾ ਕੇ ਉਹ ਘਰਦਿਆਂ ਆਖਿਆ ਵੀ ਮਰਦੇ ਨੇ ਜਾਣਾ ਹੀ ਆ ਚੱਲ ਜਾਂਦੇ ਜਾਂਦੇ ਇਹਨੂੰ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਚੋਂ ਇਸ਼ਨਾਨ ਕਰਾ ਦੀਏ ਇਹਨੂੰ ਦਰਸ਼ਨ ਕਰਾ ਦੀਏ ਵਾਹਿਗੁਰੂ ਘਰ ਵਾਲੇ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਆ ਗਏ ਇਹ ਗਿਆਨੀ ਪੂਰਨ ਸਿੰਘ ਜੀ ਹੈਡ ਗ੍ਰੰਥੀ ਸਾਹਿਬਾਨ ਉਹਨਾਂ ਦੇ ਮਖਾਰਬਿੰਦ ਵਿੱਚੋਂ ਸੁਣੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਂਦੇ ਮੈਨੂੰ ਕਹਿਣ ਲੱਗੇ ਵੀ ਇਸ ਬੀਬੀ ਨੂੰ ਕੈਂਸਰ ਦਾ ਰੋਗ ਹੋ ਗਿਆ ਤੇ ਤੁਸੀਂ ਗੁਰੂ ਕੇ ਗ੍ਰੰਥੀ ਜੇ ਤੁਸੀਂ ਅਰਦਾਸ ਕਰੋ ਗੁਰੂ ਭਲੀ ਕਰੇ ਆਂਦਾ ਦਾਸ ਨੇ ਅਰਦਾਸ ਕੀਤੀ ਧੰਨ ਗੁਰੂ ਰਾਮਦਾਸ ਮਹਾਰਾਜ ਤੇਰੇ ਦਰ ਤੇ ਕੋੜਿਆਂ ਦਾ ਕੋੜ ਦੂਰ ਹੋ ਜਾਂਦਾ ਕਾਲੇ ਕਾਂ ਇੱਥੇ ਹੰਸ ਬਣ ਗਏ ਵੱਡੇ ਵੱਡੇ ਭਿਆਨਕ ਰੋਗਾਂ ਨੂੰ ਤੁਸੀਂ ਮਹਾਰਾਜ ਕੱਟ ਕੇ ਰੱਖਦੇ ਜੇ ਇਹ ਬੀਬੀ ਉੱਤੇ ਵੀ ਕਿਰਪਾ ਕਰ ਦਿਓ ਆਂਦਾ ਮੈਂ ਉਹਨਾਂ ਨੂੰ ਹਦਾਇਤ ਕੀਤੀ ਵੀ ਪੂਰੇ 40 ਦਿਨ ਤੁਸੀਂ ਦੁੱਖ ਭੰਜਣੀ ਬੇਰੀ ਥੱਲੇ ਇਸ ਬੀਬੀ ਦਾ ਇਸ਼ਨਾਨ ਕਰਾਉਣਾ ਅਤੇ ਗਿਆਨੀ ਪੂਰਨ ਸਿੰਘ ਜੀ ਆਪ ਵੀ ਹਰ ਰੋਜ਼ ਦੁੱਖ ਭੰਜਣੀ ਬੇਰੀ ਥੱਲੇ ਇਸ਼ਨਾਨ ਕਰਿਆ ਕਰਦੇ ਸੀ ਤੁਸੀਂ ਆਹ TV 'ਤੇ ਉਹਨਾਂ ਨੂੰ ਵੇਖਦੇ ਰਹੇ ਜਦੋਂ ਉਹ ਜਾਂਦੇ ਸੀ ਨਾ ਉਹਨਾਂ ਦਾ ਬੁੱਕ ਪੂਰਾ ਰੁਪਈਆਂ ਨਾਲ ਭਰਿਆ ਹੁੰਦਾ ਸੀ ਉਹ ਸਾਰੇ ਅਰਦਾਸ ਦੇ ਪੈਸੇ ਹੁੰਦੇ ਜਿਹਨਾਂ ਦੀਆਂ ਪੂਰੀਆਂ ਹੋਈਆਂ ਆਂਦੇ ਉਹਨਾਂ ਬਚਨ ਮੰਨ ਲਿਆ ਅਤੇ ਦੁੱਖ ਭੰਜਣੀ ਬੇਰੀ ਥੱਲੇ ਅਜੇ 15 ਦਿਨ ਇਸ਼ਨਾਨ ਉਸ ਬੀਬੀ ਨੂੰ ਕਰਾਇਆ ਸੀ 15 ਦਿਨ ਜਿਹੜੀ ਬੀਬੀ ਦੇ ਅੰਦਰ ਪਾਣੀ ਦੀ ਘੁੱਟ ਨਹੀਂ ਸੀ ਪਚਦੀ ਜਿਹਨੂੰ ਸਰਾਣਿਆਂ ਦੀ ਢੋ ਦੇ ਕੇ ਬਿਠਾਉਣਾ ਪੈਂਦਾ ਸੀ ਉਹ ਬੀਬੀ ਸਰੋਵਰ ਦੀਆਂ ਪਰਿਕਰਮਾ ਕਰਨ ਲੱਗ ਪਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਦੇ ਘਰ ਵਾਲੇ ਦੀ ਦਾੜੀ ਕੱਟੀ ਹੋਈ ਸੀ ਤੇ ਬੱਚੇ ਦਾ ਸਿਰ ਮੁੰਨਿਆ ਸੀ ਗਿਆਨੀ ਜਾਂਦਾ ਮੈਂ ਆਖਿਆ ਵੀ ਤੈਨੂੰ ਤੇਰੇ ਘਰ ਵਾਲੀ ਮਿਲ ਗਈ ਆ ਤੇ ਬੱਚੇ ਨੂੰ ਬੱਚੇ ਦੀ ਮਾਂ ਮਿਲ ਗਈ ਆ ਅੱਜ ਤੋਂ ਬਾਅਦ ਗੁਰੂ ਦੀ ਸਿੱਖੀ ਨੂੰ ਤਲਾਇਲੀ ਨਹੀਂ ਦੇਣੀ ਫਿਰ ਉਹ ਦੋਵੇਂ ਪਿਓ ਪੁੱਤ ਸਿੱਖ ਵੀ ਬਣੇ ਗੁਰੂ ਕੇ ਸਿੱਖੋ ਬੜੀਆਂ ਘਟਨਾਵਾਂ ਕਿੰਨੀਆਂ ਕੁ ਤੁਹਾਨੂੰ ਮੈਂ ਗਿਣਾ ਸਕਦਾ ਕਿਉਂਕਿ ਮੈਂ ਜਦੋਂ ਮੇਰਾ ਅੰਮ੍ਰਿਤਸਰ ਇਲਾਕੇ ਵਿੱਚ ਦੀਵਾਨ ਹੋਏ ਨਾ ਤੇ ਅਸੀਂ 3 ਪਹਿਰੇ ਦੀ ਸੇਵਾ 'ਤੇ ਜਾਂਦੇ ਹਾਂ ਜਦੋਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਉਹ ਜਿਹੜੇ ਅੰਦਰ 3 ਪਹਿਰੇ ਦੀ ਸੇਵਾ ਕਰਦੇ ਉਹ ਮੈਨੂੰ ਸਿੱਧਾ ਦੱਸਦੇ ਆ ਵੀ ਇੱਥੇ ਕਿੰਨੀਆਂ ਕੁ ਬਖਸ਼ਾਂ ਵਰਦੀਆਂ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਉਹ ਗੁਰੂ ਰਾਮਦਾਸ ਦਾ ਦੁਆਰਾ ਜਿਹਦੇ 4 ਦਰਵਾਜ਼ੇ 4 ਵਰਨਾਂ ਵਾਸਤੇ ਸਾਂਝੇ ਆ
ਊਚ ਆਵੇ ਨੀਚ ਆਵੇ ਧਰਮੀ ਆਵੇ ਬੋਧੀ ਆਵੇ ਜੈਨੀ ਆਵੇ ਕਿਸੇ ਨੂੰ ਕੋਈ ਮਨਾਹੀ ਨਹੀਂ। ਜਦੋਂ ਗੁਰੂ ਕਾ ਸਿੱਖ ਹਰ ਕੀ ਪੌੜੀ ਤੋਂ ਚੁਲਾ ਲੈਂਦਾ ਉਹ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ। ਇੱਥੇ ਸਰੋਵਰ ਵਿੱਚ ਨਹਾ ਕੇ ਕਈ ਸਰੀਰਾਂ ਦੇ ਕਸ਼ਟ ਕੱਟੇ ਜਾਂਦੇ ਆ, ਗੁਰੂ ਕੀ ਬਾਣੀ ਸੁਣ ਕੇ ਕਈ ਜਨਮਾਂ ਦੀ ਮੈਲ ਉਤਰ ਜਾਂਦੀ ਆ। ਜੇ ਕੋਈ ਇਹਦੇ ਵੱਲ ਗਹਿਰੀ ਅੱਖ ਕਰਕੇ ਵੇਖੇ ਭਾਵੇਂ ਤੇ ਉਹ ਬਦਾਲੀ ਸੀ ਭਾਵੇਂ ਮੱਸਾ ਰੰਗਣ ਸੀ ਤੇ ਭਾਵੇਂ ਉਹ ਇੰਦਰਾ ਸੀ, 153 ਦਿਨਾਂ ਤੋਂ ਵੱਧ ਖਾਲਸੇ ਨੇ ਕਿਸੇ ਨੂੰ ਜੋੜ ਨਹੀਂ ਦਿੱਤਾ। ਸੱਚ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਕਿਸੇ ਨੇ ਆਖਿਆ ਸੀ ਬਾਬਾ ਜੀ ਫੌਜ ਤੇ ਬੂਟ ਪਾ ਕੇ ਅੰਦਰ ਵੜ ਚੱਲੀ ਆ। ਉਹਨਾਂ ਆਖਿਆ ਫੌਜ ਬੂਟ ਪਾ ਕੇ ਅੰਦਰ ਆਵੇਗੀ ਜ਼ਰੂਰ ਪਰ ਆਪਣਿਆਂ ਪੈਰਾਂ ਨਾਲੋਂ ਤੁਰ ਕੇ ਵਾਪਸ ਨਹੀਂ ਜਾਏਗੀ। ਇੱਥੇ ਅਸੀਂ ਰਬੜ ਦੀਆਂ ਗੋਲੀਆਂ ਲੈ ਕੇ ਨਹੀਂ ਬੈਠੇ, ਸਿੱਖ ਦੇ ਖੂਨ ਦਾ ਕਤਰਾ ਕਤਰਾ ਤੇ ਵਹਿ ਜਾਏਗਾ ਪਰ ਆਪਣੇ ਗੁਰਧਾਮਾਂ ਦੀ ਉਹ ਕਦੇ ਬੇਅਦਬੀ ਨਹੀਂ ਸਹਾਰੇਗਾ। ਜਿਤਨਾ ਜਿਤਨਾ ਵੀ ਜਲਵਾਣੇ ਚੜ੍ਹ ਕੇ ਆਉਂਦੇ ਰਹੇ, ਪਹਿਲੇ ਦਮਦਮੀ ਟਕਸਾਲ ਦੇ ਮਹਾਨ ਯੋਧੇ ਸਿਰ ਲੱਥ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਕਿਸ ਤਰ੍ਹਾਂ ਸਿਰ ਤੋਂ ਬਿਨਾਂ ਵੈਰੀਆਂ ਨੂੰ ਭਾਜੜਾਂ ਪਾਈਆਂ। ਇੱਕੋ ਇੱਕ ਟਕਸਾਲ ਹੈ, ਕੋਈ ਜਥੇਬੰਦੀ ਕੋਈ ਇਹੋ ਜਿਹੀ ਸੰਸਥਾ ਨਹੀਂ ਜਿਹਦਾ ਸਥਾਨ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਹੋਵੇ। ਪਹਿਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਦੂਸਰੇ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ 30,000 ਫੌਜ ਦਾ 30 ਸਿੰਘਾਂ ਨੇ ਮੁਕਾਬਲਾ ਕੀਤਾ, ਔਰ 14 ਮੁਖੀ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਮਰਦੇ ਮੁਝਾਤ ਸੰਤ ਬਾਬਾ ਜਰਨੈਲ ਸਿੰਘ ਜੀ। ਤੁਸੀਂ ਉਹਨਾਂ ਦਾ ਸਥਾਨ, ਮੈਂ ਬਾਬਾ ਜੀ ਦੀ ਕਮਾਈ ਨੂੰ ਨਮਸਕਾਰ ਕਰਦਾ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਨੇ ਉਹਨਾਂ ਦਾ ਸਥਾਨ ਬਣਾਇਆ। ਕਿੰਨੀ ਜਦੋ ਜਹਿਦ ਕਰਨੀ ਪਈ ਹੋਊਗੀ, ਕਿਤੇ ਜਿਹੜੇ ਵਿਰੋਧੀ ਸੀ ਉਹ ਬਣਾਉਣ ਦਿੰਦੇ, ਉਹ ਨਾਂ ਨਹੀਂ ਸੀ ਸੁਣਦੇ ਸੰਤਾਂ ਦਾ, ਪਰ ਉਹਨਾਂ ਨੇ ਇਹ ਵੱਡੀ ਉਹਨਾਂ 'ਤੇ ਗੁਰੂ ਨੇ ਕਿਰਪਾ ਕੀਤੀ ਅਤੇ ਉਹਨਾਂ ਸੰਗਤਾਂ ਦੇ ਸੰਯੋਗ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅਤੇ ਸਾਰੇ ਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਸਥਾਨ ਉੱਥੇ ਜੋ ਆਪਾਂ ਦਰਸ਼ਨ ਕਰਦੇ ਹਾਂ। ਔਰ ਦੂਸਰਾ ਸਥਾਨ ਪਿੰਡ ਰੋਡੇ ਵਿਖੇ ਸਰਕਾਰਾਂ ਕਦੋਂ ਚਾਹੁੰਦੀਆਂ ਸਨ ਪਰ ਉਹਨਾਂ 'ਤੇ ਗੁਰੂ ਨੇ ਕਿਰਪਾ ਕੀਤੀ, ਉਹ ਦੋਵੇਂ ਯਾਦਾਂ ਜਿਹੜੀਆਂ ਮੁੱਦਤ ਤੱਕ ਕਾਇਮ ਰਹਿਣਗੀਆਂ। ਆਓ ਜਿਹੜਾ ਵੀ ਜਰਵਾਣਾ ਚੜ੍ਹ ਕੇ ਆਉਂਦਾ ਰਿਹਾ, ਭਾਈ ਸੁੱਖਾ ਸਿੰਘ ਮਹਤਾਬ ਸਿੰਘ ਔਰ ਭਾਈ ਸਤਵੰਤ ਸਿੰਘ ਜੀ ਬਿਆਨ ਸਿੰਘ ਔਰ ਉਸ ਅਰਨ ਵੈਦੀਆਂ ਨੂੰ ਸੋਧਣ ਵਾਲੇ ਮਹਾਨ ਯੋਧੇ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਕਿਤਨਾ ਮੂੰਹ ਤੋੜਵਾਂ ਜਵਾਬ ਉਹਨਾਂ ਨੂੰ ਦਿੰਦੇ ਰਹੇ। ਛੰਦ ਦਾ ਸਿਰ ਲੇਖ ਹੈ, ਓਏ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤ ਅੰਮ੍ਰਿਤ ਸਰ ਜਾ ਸ਼ਹਿਰ ਸ਼ਹਿਰ ਤੀਜ ਗੁਰ ਤੋਂ ਬਖਸ਼ਿਸ਼ਾਂ ਲੇਕ ਵੱਡ ਪ੍ਰਤਾਪ ਮੋੜੀ ਕੱਢੀ ਸ਼ਹਿਰ ਦੀ ਰਾਮਦਾਸ ਗੁਰ ਆਪ ਸੁਭਤੀ ਦਾ ਕਰ ਉਸਰੀਆਂ ਤੰਗ ਹੋ ਗਏ ਮਹਿਰ
ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰ ਗੁਰ ਤੋਂ ਬਖਸ਼ਿਸ਼ਾ ਲੈ ਕੇ ਵੱਡੇ ਪ੍ਰਤਾਪ ਮੋੜੀ ਗੱਡੀ ਸ਼ਹਿਰ ਦੀ ਰਾਮਦਾਸ ਗੁਰ ਆਪ ਸਿਫਤੀ ਤਾਂ ਕਰੀ ਉਸਰੀਆ ਤੰਗ ਹੋ ਗਏ ਮਹਿਰ ਸਾਰੀ ਦੁਨੀਆ ਵਿੱਚ ਨੀ ਅੰਮ੍ਰਿਤਸਰ ਜਾ ਸ਼ਹਿਰ ਗੁਰੂ ਮਹਾਨ ਕੇਂਦਰ ਰਚਿਆ ਕੌਮ ਦਾ ਪਵਨ ਗੁਰ ਸਥਾਨ ਓ ਚਰਨ ਤੋੜ ਜਿਸ ਥਾਂ ਦੀ ਦਿਲੋਂ ਗਵਾਉਂਦੀ ਕੈਲ ਸਾਰੀ ਦੁਨੀਆ ਵਿੱਚ ਨੀ ਅੰਮ੍ਰਿਤਸਰ ਜਾ ਸ਼ਹਿਰ ਰਚਿਆ ਪੰਚਮ ਪਾਤਸ਼ਾਹ ਹਰਿ ਮੰਦਰ ਸੱਚ ਖੰਡ ਸੋਭਾ ਜਿਸ ਦੀ ਫੈਲ ਗਈ ਤੀਨ ਲੋਕ ਨੋ ਖੰਡ ਓ ਦਰਸ਼ਨ ਕਰਕੇ ਉਤਰਦੀ ਕਈ ਪਾਪਾਂ ਦੀ ਮੈਲ ਸਾਰੀ ਦੁਨੀਆ ਵਿੱਚ ਨੀ ਅੰਮ੍ਰਿਤਸਰ ਜਾ ਸ਼ਹਿਰ ਹਰ ਕੇ ਪਾਰੇ ਜਿਸ ਦੀ ਜਿਸ ਦੀ ਹਰ ਕੇ ਪੌੜੀ ਜਿਸ ਦੀ ਊਚ ਨੀਚ ਦਾ ਮੇਟ ਤਾਂ ਸ਼ਰਧਾਵਾਨ ਨੇ ਸ਼ਰਧਾ ਕਰਦੇ ਪੇਟ ਓ ਤੂੰ ਤਵੈਤ ਮਟਾਵਦੀ ਵਗੇ ਪ੍ਰੇਮ ਦੀ ਲਹਿਰ ਸਾਰੀ ਦੁਨੀਆ ਵਿੱਚ ਨੀ ਅੰਮ੍ਰਿਤਸਰ ਜਾ ਸ਼ਹਿਰ ਲੱਗਦੀ ਨਾਮ ਦੀ ਰਸੀਏ ਮਾਨਣ ਠੰਡ ਥੱਕੇ ਪਟਕੇ ਆਣ ਕੇ ਸੁਰਤੀ ਲੈਂਦੇ ਗੰਡ ਰਿਮਝਮੇ ਅੰਮ੍ਰਿਤ ਵਰਸਦਾ ਜਿੱਥੇ ਅੱਠੇ ਪੈਰ ਸਾਰੀ ਦੁਨੀਆ ਅੰਮ੍ਰਿਤਸਰ ਜਾ ਸ਼ਹਿਰ ਕਾਗ ਹੰਸ ਬਣ ਜਾਵਦੇ ਕਾਗ ਹੰਸ ਬਣ ਜਾਵਦੇ ਕੋਣੇ ਕੰਚਨ ਹੋਣ ਪਾਪੀ ਕਪਟੀ ਇਸ ਥਾਂ ਜਨਮਾਂ ਦੀ ਮਲ ਤੋੜ ਓ ਤੂੜ ਲੈਣ ਲਈ ਪੁੱਜਦੇ ਪੂਜਨੀ ਗਣਿਤ ਪੈਰ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰ ਦਾਰੂ ਸਾਰੇ ਦੁੱਖਾਂ ਦੀ ਰੋਗੀਆਂ ਲਈ ਅਕਸੀਰ ਮੰਦ ਕਰਮਾਂ ਦੀ ਇਸ ਥਾਂ ਬਦਲ ਜਾਏ ਤਕਦੀਰ ਹੋ ਠੰਡ ਕਾਲ ਜੇ ਪਾਵਦੀ ਖਿੜੀ ਰਾਗਾਂ ਦੀ ਬੈਲ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰ ਦੁਨੀਆ ਤੇ ਸੱਚ ਖੰਡ ਹੈ ਧਰਤੀ ਅਨਮੁੱਲ ਛੇਵੇਂ ਗੁਰ ਦੇ ਤਖਤ ਦੇ ਦਿਸਦਾ ਨੀ ਕੋਈ ਤੁਲ ਹੋ ਇਸ ਦੇ ਸੱਜ ਦੇ ਸਾਹਮਣੇ ਕੋਈ ਟਕ ਸਕੇ ਨਾ ਠਹਿਰ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾ ਸ਼ਹਿਰ ਇਸ ਦੀ ਸ਼ਾਨ
ਅੱਜ ਤੱਕ ਕੋਈ ਨਹੀਂ ਕਰਕੇ ਇੱਥੇ ਗੈਰ ਸਾਰੀ ਦੁਨੀਆ ਵੇਚਣੀ ਅੰਮ੍ਰਿਤਸਰ ਜਾਂ ਸ਼ਹਿਰ ਇਸ ਦੀ ਰਾਖੀ ਵਾਸਤੇ ਜੂਜੇ ਕਈ ਜਰਨੈਲ ਜਨਵਾਰ ਕੇ ਰੱਖ ਗਏ ਉੱਚਾ ਸਖੀ ਮੈਲ ਓ ਟੈਂਕਾ ਤੋਪਾਂ ਨਾਲ ਪੀਣ ਗਏ ਖੂਨ ਵਿੱਚ ਤੈਰ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾਂ ਸ਼ਹਿਰ ਦੀਪ ਸਿੰਘ ਗੁਰਬਖਸ਼ ਸਿੰਘ ਸੁੱਖਾ ਸਿੰਘ ਮਹਿਤਾਬ ਸਤਵੰਤ ਸਿੰਘ ਤੇ ਬੇਅੰਤ ਸਿੰਘ ਲੈ ਗਏ ਉੱਚ ਖਿਤਾਬ ਓ ਸੁੱਖਾ ਜਿੰਦਾ ਸਿੰਘ ਸੂਰਮੇ ਲੈਂਦੇ ਰਹਿਣੇ ਵੈਰ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾਂ ਸ਼ਹਿਰ ਜਾਨੋ ਪਿਆਰਾ ਸਾਨੂੰ ਸਾਡਾ ਇਹ ਗੁਰਧਾਮ ਚੁੱਕਦੇ ਨੇ ਸਿੱਖ ਹੰਸ ਬਣ ਮੋਤੀ ਸੁਬਾਹ ਤੇ ਸ਼ਾਮ ਗੁਰਮੁਖ ਉਪਮਾ ਲਿਖਣ ਗਈ ਤੁਛ ਬੁੱਧੀ ਦੇ ਸ਼ਹਿਰ ਸਾਰੀ ਦੁਨੀਆ ਵਿੱਚ ਨਹੀਂ ਅੰਮ੍ਰਿਤਸਰ ਜਾਂ ਸ਼ਹਿਰ ਨਹੀਂ ਅੰਮ੍ਰਿਤਸਰ ਜਾਂ ਸ਼ਹਿਰ ਗੁਰੂ ਕੇ ਸਿੱਖੋ ਇੱਕ ਪੱਤਰਕਾਰ ਨੇ ਇੱਕ ਸੈਲਾਨੀ ਨੂੰ ਪੁੱਛਿਆ ਉਹ ਤੂੰ ਤਾਜ ਮਹਿਲ ਵੀ ਵੇਖਿਆ ਤੂੰ ਹਰਿਮੰਦਰ ਸਾਹਿਬ ਦੇ ਵੀ ਦਰਸ਼ਨ ਕੀਤੇ ਆ ਤੈਨੂੰ ਦਿਨਾਂ ਵਿੱਚ ਕੀ ਅੰਤਰ ਨਜ਼ਰ ਆਇਆ ਉਹਨੇ ਆਖਿਆ ਉਹ ਤਾਜ ਮਹਿਲ ਜਿੱਥੇ ਮੌਤ ਵਰਗੀ ਚੋਪਾ ਮੌਤ ਵਰਗਾ ਸਨਾਟਾ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਤਪਦਿਆਂ ਦਿਲਾਂ ਨੂੰ ਠੰਡ ਪੈਂਦੀ ਆ ਅੱਠੇ ਟਾਈਮ ਗੁਰਬਾਣੀ ਦੀ ਸ਼ੈਬਰ ਲੱਗੀ ਰਹਿੰਦੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਬਿਆਨ ਕਰਦੇ ਬਾਈ ਬਾਬਾ ਸੱਤਾ ਤੇ ਬਲਵੰਡਾ ਜੀ ਰਾਮ ਕਲੀ ਦੀ ਵਾਰ ਵਿੱਚ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇਤ ਪਾਰ ਉਤਾਰਿਆ ਲਭ ਲੋਭ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੂੰ ਸਭ ਪਰਵਾਰਿਆ ਤਨ ਸੋ ਤੇਰਾ ਥਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨਸਾ ਧਾਰਿਆ ਗੁਰ ਡਿੱਠਾ ਤਾਂ ਮਨਸਾ ਧਾਰਿਆ ਧੰਨ ਗੁਰੂ ਰਾਮਦਾਸ ਦੀ ਮਹਿਮਾ ਕਹਿਣ ਤੇ ਕਥਨ ਤੋਂ ਬਾਹਰੀ ਹੈ ਸੰਤਾਂ ਨੂੰ ਪਤਾ ਸੀ ਵੀ ਜਿਹੜੀਆਂ ਫੌਜਾਂ ਚੜ੍ਹ ਕੇ ਆ ਗਈਆਂ ਨਾ ਇਹ ਫੌਜਾਂ ਸਾਡੇ ਕੋਲ ਮਰਨੀਆਂ ਨਹੀਂ ਗੀਆਂ ਅਸੀਂ ਸ਼ਹੀਦ ਹੋਣਾ ਤੇ ਜਿੱਤ ਕੇਵਲ ਜੀਂਦੇ ਰਹਿਣ ਦੇ ਨਾਲ ਹੀ ਨਹੀਂ ਗੀ ਵਾਹ ਜਿਹੜਾ ਆਪਣੇ ਹਥਿਆਰ ਨਹੀਂ ਸੁੱਟਦਾ ਆਪਣੇ ਪ੍ਰਾਣਾਂ ਦੀ ਪਿੱਛਿਆ ਨਹੀਂ ਕਿਸੇ ਤੋਂ ਮੰਗਦਾ
ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਆਪਾਂ ਕੁਰਬਾਨ ਕਰ ਜਾਂਦਾ, ਉਹ ਦੁਨੀਆ ਦਾ ਇੱਕ ਜੇਤੂ ਆਦਮੀ ਮਿਥਿਆ ਗਿਆ ਜੀ। ਵਾਹ ਵਾਹ। ਜਿਨ੍ਹਾਂ ਨੇ ਸੱਚ ਦੇ ਹੱਕ ਵਿੱਚ ਖਲੋ ਕੇ ਜਾਨਾਂ ਦਿੱਤੀਆਂ, ਜਿਨ੍ਹਾਂ ਦੇ ਪਰਥਾਏ ਬੜੇ ਸੁੰਦਰ ਪ੍ਰਮਾਣ ਹਨ। ਧੰਨ ਜੀਓ ਤੇਹ ਕੋ ਜਗ ਮੈਂ ਮੁਖ ਤੇ ਹਰ ਅਨਿਤ ਨਿਤਰ ਹੈ, ਚੜੇ ਭਵ ਸਾਗਰ ਤਾਰੇ ਤੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜੋ ਬੁਝਾਰੇ, ਗਿਆਨੇ ਕੀ ਬਟਨੀ ਮਨੋ ਲਾ ਹੱਥ ਲੈ, ਕਾਤਰਤਾ ਕੁਤਵਾਰ ਭਾਰ। ਉਹ ਸੂਰਮਾ ਮੁਕੰਮਲ ਸੂਰਮਾ ਹੈ ਜਿਹੜਾ ਸਿਮਰਨ ਵੀ ਕਰਦਾ ਤੇ ਦੇਸ਼ ਦੀ ਆਜ਼ਾਦੀ ਦੀਆਂ ਸਕੀਮਾਂ ਵੀ ਬਣਾਉਂਦਾ। ਸੱਚ ਹੈ। ਸਾਡੇ ਬੜੇ ਸਿਆਣੇ ਸੈਕਟਰੀ ਸਾਹਿਬ ਬਹੁਤ ਸਾਰਾ ਮਾਣ ਭੇਜ ਗਿਆ, ਨਾਲੇ ਉਹ ਸਿਆਣੇ ਕਥਾ ਵਾਚਕ ਵੀ ਆ। ਆਉਂਦੇ ਵੀ ਹੁਣ ਰਹਿਮੇ ਸਮੇਂ ਵਿੱਚ ਅੱਧਾ ਘੰਟਾ 25-30 ਮਿੰਟ ਬਾਕੀ ਆ, ਜੋ ਸੰਗਤਾਂ ਦਾ ਹੁਕਮ ਹੈ ਉਹਨਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ। ਮੇਰੇ ਅਤਿ ਸਤਿਕਾਰਯੋਗ ਪਾਤਸ਼ਾਹ ਭਾਈ ਮੋਹਰ ਸਿੰਘ ਜੀ, ਕੌਮ ਦੇ ਬੜੇ ਸਿਆਣੇ ਢਾਡੀ ਭਾਈ ਮੋਹਰ ਸਿੰਘ ਜੀ, ਜਿਨ੍ਹਾਂ ਦਾ ਇਹਨਾਂ ਬੱਚਿਆਂ ਦੇ ਨਾਲ ਬੜਾ ਬਚਪਨ ਦਾ ਪਿਆਰ ਹੈ, ਜੋ ਸਾਡੀ ਤਰੀ ਵਿੱਚ ਕਹਿ ਕੇ ਗਏ ਸੀ ਉਸ ਯੋਗ ਨਹੀਂ, ਮੈਂ ਉਹਨਾਂ ਦੀ ਕਦਰਦਾਨੀ ਦਾ ਧੰਨਵਾਦ ਕਰਦਾ। ਬਹੁਤ ਸਾਰਾ ਪਿਆਰ ਵੀ ਭੇਜਦੇ ਆ। ਬਾਬਾ ਸੁਖਦੇਵ ਸਿੰਘ ਜੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ। ਇੱਥੋਂ ਦੇ ਮੁੱਖ ਸੇਵਾਦਾਰ ਮਹਾਂਪੁਰਸ਼ ਭਗਤ ਬਾਬਾ ਮਿਲਖਾ ਸਿੰਘ ਜੀ 500 ਲੱਖ ਦਮੜਾ ਹਾਜ਼ਰ ਕਰਦੇ ਆ। ਨਗਰ ਕਾਦੇ ਬੋੜੇ ਤੋਂ ਭਾਈ ਸ਼ਮਿੰਦਰ ਸਿੰਘ ਜੀ, ਉਹ ਵੀ 500 ਲੱਖ ਦਮੜਾ ਇਤਿਹਾਸ ਦਾ ਮਾਣ ਕਰਦੇ ਆ। ਹੋਰ ਸੰਗਤਾਂ ਵੱਲੋਂ ਗੁਰੂ ਕੇ ਲਾਲ, ਜਿੰਨੀਆਂ ਵੀ ਸੰਗਤਾਂ ਆਈਆਂ ਤੁਸੀਂ ਬਹੁਤ ਪਿਆਰ ਬਖਸ਼ਿਸ਼ ਕੀਤਾ। ਮੈਂ ਅਰਦਾਸ ਕਰਾਂ ਮਹਾਰਾਜ, ਤੁਹਾਡੇ ਬੱਚੇ ਨਸ਼ੇ ਵਰਗੀ ਮਾੜੀ ਅਲਾਮਤ ਤੋਂ ਬਚੇ ਰਹਿਣ ਅਤੇ ਪੰਥ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਇਹ ਪੰਥ ਦਾ ਨਾਮ ਰੋਸ਼ਨ ਕਰਨ। ਮੈਨੂੰ ਹੁਕਮ ਹੋਇਆ, ਉਹ ਕਵਿਤਾ ਬੜੀ ਪਿਆਰੀ ਹੈ, ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਤੇਰੇ ਨਾਮ ਨਾਲ ਚੱਲਣ ਸਵਾਸ ਮੇਰੇ। ਜਿੰਨੇ ਵੀ ਮਾਈ ਭਾਈ ਆਏ ਜੇ, ਆਪਾਂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਅਤੇ ਅੱਜ ਉਹਨਾਂ ਦਾ ਇੱਕ ਹੀ ਬਚਨ ਪੱਲੇ ਬੰਨ ਕੇ ਲੈ ਜਿਓ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨਾ ਸਿੱਖੀਏ, ਕਿਉਂਕਿ ਮਹਾਰਾਜ ਗੁਰੂ ਰਾਮਦਾਸ ਆਪਣੀ ਗੁਰਬਾਣੀ ਰਾਹੀਂ ਸਿੱਖ ਦਾ ਨਕਸ਼ਾ ਖਿੱਚਦੇ ਆ ਵੀ ਜਿਹੜਾ ਗੁਰੂ ਕਾ ਸਿੱਖ ਹੋਣ ਵਾਲਾ ਉਹ ਕਿਹੋ ਜਿਹਾ ਹੋਣਾ ਚਾਹੀਦਾ। ਗੁਰ ਸਤਿਗੁਰ ਕਾਜੋ ਸਿੱਖ ਅਖਾਈ, ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਧਿਆਵੇ, ਨਾਮ ਧਿਆਵੇ ਉਤਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਖ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੇ, ਜਿਸ ਨੂੰ ਦਿਆਲ ਹੋਏ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਅੱਜ ਇਹ ਬਚਨ ਪੱਲੇ ਬੰਨ ਕੇ ਖੜਿਓ ਕਿ ਸਾਡੀ ਜ਼ਿੰਦਗੀ 'ਚ
ਕੋਈ ਵੀ ਇਹੋ ਜਿਹਾ ਨਿਭਾਗਾ ਦਿਨ ਨਾ ਆਵੇ ਜਿੱਦਣ ਅਸੀਂ ਆਪਣਾ ਅੰਮ੍ਰਿਤ ਵੇਲਾ ਸੌਂ ਕੇ ਨਿਗਾ ਲਈਏ। ਤੁਸੀਂ ਭਾਈ ਗੁਰਦਾਸ ਜੀ ਦੇ ਬਚਨ ਪੜ੍ਹ ਲਓ, ਉਹ ਕਿੰਨੀ ਮਹਾਨਤਾ ਅੰਮ੍ਰਿਤ ਵੇਲੇ ਦਿੰਦੇ ਆ। ਗੁਰਸਿੱਖ ਭਲਕੇ ਉੱਠ ਕੇ ਅੰਮ੍ਰਿਤ ਵੇਲੇ ਸਰਨਾ ਬੰਦਾ ਜਿਹੜਾ ਸਾਡੀ ਜ਼ਿੰਦਗੀ 'ਚੋਂ ਤਕਰੀਬਨ ਹੀ ਗੁਆਚ ਚੁੱਕਾ ਹੈ, ਕਿਉਂਕਿ ਆ ਜਿਹੜੀ ਮੋਬਾਇਲ ਬਿਮਾਰੀ ਆ, ਮੇਰੇ ਖਿਆਲ 11:30 ਤੱਕ 11:30 12:15 ਵੀ ਵੱਜ ਜਾਂਦੇ। ਸਾਡਾ ਇੱਕ ਬੜਾ ਸਿਆਣਾ ਸੀਏ ਆ, ਫੁਆਣਾ ਮੇਰਾ ਸਹੁਰਾ ਮੇਰੇ ਘਰ ਆਇਆ ਸਿਆਲ ਦੇ ਦਿਨ ਸੀ, ਮੈਂ ਉੱਠਿਆ ਅਤੇ ਉਹ 2:45 ਦਾ ਟਾਈਮ ਹੋਇਆ ਅਤੇ ਜੇ ਰਜਾਈ 'ਚ ਮੋਬਾਇਲ ਖੋਲ੍ਹ ਕੇ ਬੈਠਾ। ਗੁਰੂ ਕਿਰਪਾ ਕਰੇ, ਹੋਰੇ ਅਸੀਂ ਕੀ ਵੇਹਨੇ ਹਾਂ, ਜਿਹੋ ਜਿਹਾ ਵੇਖੋਗੇ ਨਾ ਉਹ ਜੇ ਤੁਹਾਨੂੰ ਮਾੜੇ ਸੁਪਨੇ ਆਉਣੇ। ਗੁਰੂ ਕਿਰਪਾ ਕਰੇ, ਜੇ ਸਮੇਂ ਨਾਲ ਸੌਂਗੇ ਨਾ ਤਾਂ ਅੰਮ੍ਰਿਤ ਵੇਲੇ ਦੀ ਤਾਂ ਹੀ ਸੰਭਾਲ ਕਰੋਗੇ। ਜਿਹੜਾ 11:45 ਤੱਕ ਨੈੱਟ ਖੋਲ੍ਹ ਕੇ ਬੈਠਾ ਰਹਿੰਦਾ ਉਹਦੀ ਬਲਾ ਉੱਠੇ ਅੰਮ੍ਰਿਤ ਵੇਲੇ, ਉਹਦੇ ਉਦੋਂ ਉੱਠੂ ਜਦੋਂ ਐਨ ਸੂਰਜ ਦੇਵਤਾ ਉੱਤੋਂ ਦੀ ਟੱਪ ਗਿਆ। ਅਤੇ ਜਿਹਨੇ ਆਪਣਾ ਅੰਮ੍ਰਿਤ ਵੇਲਾ ਗਵਾ ਲਿਆ ਉਹਨੇ ਆਪਣਾ ਸਭ ਕੁਝ ਹੀ ਗਵਾ ਲਿਆ। ਜਿੰਨੇ ਦਿਨ ਵਿੱਚ ਬਾਦਸ਼ਾਹ ਵਾਲੀ ਜ਼ਿੰਦਗੀ ਜਿਉਣੀ ਹੋਵੇ ਨਾ ਸਿੰਘੋ, ਫਿਰ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ। ਜਿਹੜਾ ਮਨੁੱਖ ਅੰਮ੍ਰਿਤ ਵੇਲੇ ਨਹੀਂ ਜਾਗਦਾ ਸਾਰੀ ਦਿਹਾੜੀ ਉਹਦੀ ਭਿਖਾਰੀਆਂ ਵਰਗੂ ਵਿਲਕਦਿਆਂ ਨਿਕਲਦੀ ਜੇ। ਪ੍ਰਿੰਸੀਪਲ ਸਤਵੀਰ ਸਿੰਘ ਜੀ ਕਿਹਾ ਕਰਦੇ ਸੀ, ਮੇਰੀ ਮਾਂ ਉਹਨਾਂ ਚਿਰ ਕਿਸੇ ਨੂੰ ਵੀ ਜਲ ਪਾਣੀ ਛਕਣ ਨੂੰ ਨਹੀਂ ਸੀ ਦਿਆ ਕਰਦੀ ਜਿੰਨਾ ਚਿਰ ਪਰਿਵਾਰ ਦੇ ਸਾਰੇ ਮੈਂਬਰ ਬਹਿ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਸੀ ਕਰ ਲੈਂਦੇ, ਭਾਵੇਂ ਪ੍ਰਾਹੁਣਾ ਵੀ ਕਿਉਂ ਨਾ ਘਰ 'ਚ ਆਇਆ ਹੋਵੇ। ਆਂਦੀ ਅੰਮ੍ਰਿਤ ਵੇਲੇ ਦੋ ਹੀ ਬੰਦੇ ਸੌਂਦੇ ਆ, ਇੱਕ ਤਾਂ ਰੋਗੀ ਉਹ ਕਦੇ ਨਹੀਂ ਅੰਮ੍ਰਿਤ ਵੇਲੇ ਜਾਗੇਗਾ, ਅਤੇ ਦੂਜਾ ਨਾਸ਼ਤਕ ਬੰਦਾ ਜਿਹੜਾ ਰੱਬ ਦੀ ਹੋਂਦ ਨੂੰ ਮੰਨਦਾ ਹੀ ਨਹੀਂਗਾ ਉਹ ਵੀ ਕਦੇ ਅੰਮ੍ਰਿਤ ਵੇਲੇ ਜਾਗੇਗਾ। ਸਿੱਖ ਦਾ ਜੀਵਨ ਤਾਂ ਅੰਮ੍ਰਿਤ ਵੇਲੇ ਤੋਂ ਆਰੰਭ ਹੁੰਦਾ। ਅਤੇ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਅੰਮ੍ਰਿਤ ਵੇਲੇ ਉੱਠ ਕੇ 15 ਮਿੰਟ ਪਹਿਲਾਂ ਇਸ਼ਨਾਨ ਤੋਂ ਪਹਿਲਾਂ ਹੀ ਵਾਹਿਗੁਰੂ ਕਰ ਲਿਆ ਕਰੋ ਜੇ ਬਾਅਦ 'ਚ ਨਹੀਂ ਹੁੰਦਾ। 15 ਮਿੰਟ ਕਬੀਰ ਇਹ ਘੜੀ ਆਧੀ ਘੜੀ ਸੱਜਣੋ, ਇੱਕ ਘੜੀ 24 ਮਿੰਟਾਂ ਦੀ ਹੁੰਦੀ ਆ। ਜੇ ਤੁਸੀਂ ਸਵੇਰੇ ਉੱਠ ਕੇ 24 ਮਿੰਟ ਵਾਹਿਗੁਰੂ ਨਹੀਂ ਨਾ ਕਰ ਸਕਦੇ ਤਾਂ 12 ਮਿੰਟ ਤਾਂ ਕਰ ਲਓਗੇ ਨਾ, 12 ਮਿੰਟ ਕਰ ਲਿਓ। ਕਬੀਰ ਇਹ ਘੜੀ ਆਧੀ ਘੜੀ ਆਧੀ ਹੁੰਦੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਫਿਰ 6 ਮਿੰਟ ਹੀ ਬਹਿ ਜਾਓ, ਇਹਨਾਂ ਤਾਂ ਜ਼ਿਆਦਾ ਨਹੀਂ ਨਾ, 6 ਮਿੰਟ ਬਹੋਗੇ ਪਿਆਰਿਓ, 6 ਮਿੰਟ ਤੋਂ ਆਰੰਭਤਾ ਕਰ ਦਿਓ। ਇੱਕ ਮੈਂ ਜਕਾਰਾ ਲਾਉਣ ਲੱਗਾ, ਅੱਜ ਤੋਂ ਇਹ ਪੜ੍ਹਨ ਇਹ ਬਚਨ ਗੁਰੂ ਦਾ ਪੱਲੇ ਬੰਨ ਕੇ ਖੜਿਓ ਵੀ ਘੱਟ ਤੋਂ ਘੱਟ 6 ਮਿੰਟ ਤਾਂ ਬੋਲੀ। ਮੈਨੂੰ ਲੱਗਦਾ ਵੀ ਸਾਰੇ ਜਕਾਰੇ ਵਿੱਚ ਹਾਜ਼ਰੀ ਭਰਨਗੇ ਜਿਹੜੇ ਜਿਨ੍ਹਾਂ ਨੇ ਇਹ ਪੜ੍ਹਨ ਨੂੰ ਨਿਭਾਉਣਾ, ਅਤੇ ਭਰਮੀ ਆਵਾਜ਼ ਵਿੱਚ ਜਕਾਰਾ ਲਾਇਓ ਅਤੇ 6 ਮਿੰਟ ਸਵੇਰੇ ਜ਼ਰੂਰ ਬੋਲਿਓ। ਜੋ ਬੋਲੇ ਸੋ ਨਿਹਾਲਾ
ਫਿਰ 12 ਮਿੰਟ, ਫਿਰ 24 ਮਿੰਟ, ਜਦੋਂ ਤੁਸੀਂ 40 ਮਿੰਟ ਸਵੇਰੇ ਉੱਠ ਕੇ ਵਾਹਿਗੁਰੂ 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 ਕਰਨ ਲੱਗ ਪਏ ਨਾ ਸਿੰਘੋ, ਫਿਰ ਤੁਹਾਨੂੰ ਜਾਗਣਾ ਨਹੀਂ ਪਵੇਗਾ, ਤੁਹਾਨੂੰ ਨਾਮ ਫਿਰ ਆਪ ਜਗਾਊਗਾ ਵੀ ਉੱਠ, ਤੇਰਾ ਹੁਣ ਜਾਗਣ ਦਾ ਵੇਲਾ ਹੋ ਗਿਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਨ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿੰਨ ਮਾਤ ਕੀਜੈ ਹਰ ਬਾਂਝਾ, ਉਹ ਸੁਨੀ ਦੇਹ ਫਿਰੇ ਬਿਨ ਨਾਵੈ, ਉਹ ਖਪ ਖਪ ਮੂਹੇ ਕਰਾਂਝਾ ਮੂਹੇ ਕਰਾਂਝਾ। ਗੁਰੂ ਅਰਜਨ ਸਾਹਿਬ ਮਹਾਰਾਜ, ਗੁਰਮੰਤਰ ਹਿਣਸੈ ਜੋ ਪ੍ਰਾਣੀ, ਤਿਰਘੰਤ ਜਨਮ ਭ੍ਰਸ਼ਟ ਨੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪ ਨੈ ਤੁਰਖ ਲੈ। ਇਹ ਵੇਖ ਲਓ ਵੀ ਕਿਹੋ ਜਿਹੀਆਂ ਜੂਨਾਂ, ਕੂਕਰੇ ਕੁੱਤੇ ਨੂੰ ਕਿਹਾ ਗਿਆ, ਸੂਕਰੇ ਸੂਰ ਨੂੰ, ਗਰਦਬੈ ਗਧੇ ਨੂੰ, ਕਾਕੈ ਕਾਂ ਨੂੰ, ਸਰਪ ਨੇ ਸੱਪ ਨੂੰ, ਤੁਲਖਲੇ ਤੋਂ ਭਾਵ ਕਿ ਜੇ ਤੂੰ ਨਾਮ ਨਾ ਜਪਦਾ ਵਾਹਿਗੁਰੂ ਤੇ ਮਨੁੱਖ ਤੇਰੀ ਇਹਨਾਂ ਜੂਨਾਂ ਦੇ ਨਾਲ ਹੀ ਤੁਲਨਾ ਕੀਤੀ ਜਾ ਸਕਦੀ ਹੈ। ਏਕ ਭਗਤ ਭਗਵਾਨ ਗੁਰੂ ਤੇਗ ਬਹਾਦਰ ਸਾਹਿਬ, ਜਿਹੇ ਪ੍ਰਾਣੀ ਕੇ ਨਾਹੇ ਮਨ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਜਿਸ ਹਿਰਦੇ ਦੇ ਅੰਦਰ ਪ੍ਰਭੂ ਦੀ ਪ੍ਰੀਤ ਨਹੀਂ, ਪ੍ਰਭੂ ਦਾ ਸਿਮਰ ਨਹੀਂ, ਉਹ ਸਰੀਰ ਭਾਵੇਂ ਸੂਰ ਦਾ ਕਹਿ ਲਓ ਤੇ ਭਾਵੇਂ ਕੁੱਤੇ ਦਾ ਕਹਿ ਲਓ। ਇਹ ਡਿਗਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੰਦੇ ਆ। ਜੇ ਆਪ ਕਵਿਤਾ ਸੁਣਨੀ ਹੈ ਨਾ ਤੇ ਕਵਿਤਾ ਦੇ ਉੱਤੇ ਅਮਲ ਜ਼ਰੂਰ ਕਰਿਓ ਸਿੰਘੋ। ਕਿਤੇ ਪੁਰਾਤਨ ਸਿੰਘਾਂ ਦਾ ਜੀਵਨ ਪੜ੍ਹ ਕੇ ਵੇਖੋ, ਜੰਗਲਾਂ ਵਿੱਚ ਰਹਿਣਾ, ਮਲਿਆਂ ਦੇ ਬੇਰ ਖਾਣੇ, ਗੰਨੇ ਚੂਕ ਕੇ ਗੁਜ਼ਾਰਾ ਕਰ ਲੈਣਾ, ਪਰ ਉਦੋਂ ਨਿਤ ਨੇਮ ਗੁਰੂ ਕਿਹਾ ਸਿੱਖਾਂ ਨੂੰ, ਜ਼ਬਾਨੀ ਕੰਠ ਸੀ। ਹੁਣ ਪੱਖੇ ਕੂਲਰ ਹੀਟਰ ਮੋਟਰ ਕਾਰਾਂ ਬੈਂਕ ਬੈਲੈਂਸ ਸਭ ਕੋਈ ਮਨੁੱਖੋ ਵਾਧੂ ਆ, ਫੈਸਿਲਿਟੀ ਦਾ ਸਾਰਾ ਹੀ ਸਮਾਨ ਕੋਲ ਪਿਆ, ਪਰ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਬੰਦਾ ਕਰਲਾਉਂਦਾ ਵਿਲਕਦਾ, ਕਾਰਨ ਕੀ ਆ? ਕੁਝ ਘਰਾਂ ਨੂੰ ਛੱਡ ਕੇ ਸਾਡਿਆਂ ਘਰਾਂ 'ਚ ਨਿਤਨੇਮ ਨਹੀਂ ਰਹਿ ਗਿਆ। ਅਤੇ ਮਹਾਰਾਜ ਕਹਿੰਦੇ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬੁਲਾਏ। ਸਾਡਿਆਂ ਘਰਾਂ 'ਚ ਬਾਣੀ ਗੂੰਜੇ, ਚੰਗੀਆਂ ਕੈਸਟਾਂ ਆਪਣਿਆਂ ਘਰਾਂ ਵਿੱਚ ਲਾਇਆ ਕਰੋ। ਮੈਂ ਨਾ ਸੌਣ ਲੱਗੇ ਵੀ, ਹੁਣ ਤਾਂ ਬੜੇ ਸਾਧਨ ਆ, ਆਹ ਡੈੱਕ ਵੀ ਮਿਲ ਜਾਂਦੇ, ਹਰ ਕੋ ਮੋਬਾਈਲ ਫੜਿਆ, ਸੌਣ ਲੱਗੇ ਆਪਣੇ ਕੰਨ ਦੇ ਕੋਲ ਬਾਣੀ ਲਾ ਕੇ ਸੋਇਆ ਕਰੋ। ਤੁਹਾਡੀ ਅਵਸਥਾ ਇਹੋ ਜਿਹੀ ਬਣੇਗੀ ਵੀ ਮੈਂ ਜਾਗਦਾ ਹੀ ਸੁਣ ਰਿਹਾ, ਇਹ ਸੱਚ ਹੈ। ਜੇ ਡੀਜੇ ਲੱਗੇ ਦਾ ਬਾਪੂ 'ਤੇ ਅਸਰ ਹੁੰਦਾ ਨਾ, ਅਤੇ ਉੱਠ ਕੇ ਕੁਰਸੀ ਤੋਂ ਨੱਚਣ ਲੱਗ ਪੈਂਦਾ 60 ਸਾਲ ਦਾ ਬੁੱਢਾ, ਉਹ ਡੀਜੇ ਦਾ ਅਸਰ ਹੀ ਹੁੰਦਾ ਨਾ, ਅਤੇ ਬਾਣੀ ਦਾ ਤੁਹਾਡੇ ਅਸਰ ਨਹੀਂ ਹੋਏਗਾ। ਸਿੰਘੋ, ਗੱਡੀ 'ਚ ਬਹਿੰਦਿਆਂ, ਟਰੈਕਟਰ 'ਤੇ ਜਾਂਦਿਆਂ, ਆਪਣੇ ਡੈੱਕਾਂ ਦੇ ਵਿੱਚ ਬਾਣੀ ਲਾਇਆ ਕਰੋ, ਉਹ ਬਾਣੀ ਦਾ ਪ੍ਰਭਾਵ ਤੁਹਾਡੇ ਜੀਵਨ ਉੱਤੇ ਪਵੇਗਾ, ਤੁਹਾਡਾ ਜੀਵਨ ਸੁਖਾਲਾ ਹੋ ਜਾਏਗਾ। ਆਓ, ਮੈਂ ਜ਼ਿਆਦਾ ਪ੍ਰਚਾਰ ਨਾ ਕਰਾਂ, ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ। ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਤੇਰੇ ਨਾਮ ਨਚਲਨ ਸੁਆਸ ਮੇਰੇ, ਆਖਾਂ ਜੀਵਾਂ ਵਿਸਰੇ ਮਰ ਜਾਓਏ, ਸਾਡੀ ਅਵਸਥਾ ਬਣੇ। ਆਓ, ਕਵਿਤਾ ਇੰਜ ਬਿਆਨ ਕੀਤੀ ਜਾਵੇ। ਤੇਰੇ ਨੈਣ ਨਕਸ਼ੀਅਤ ਸੁੰਦਰ ਨੇ,
ਤਕਣੀ ਵਿੱਚ ਮਸਤੀ ਅੰਤਾਂ ਦੀ ਸਾਹਾਂ ਵਿੱਚ ਮਈਕਾ ਕੁੜੀਆਂ ਨੇ ਜੋ ਹੋਸ਼ ਭੁਲਾ ਦੇ ਜਨਤਾ ਦੀ ਤੇਰੀ ਜਾਤ ਚ ਖਿੜ ਕੇ ਨੱਚੀ ਉੱਠਦੇ ਪਏ ਮਤਮ ਵਿਚਾਰੀ ਉਦਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਚਲਣ ਸੁਵਾਸ ਮੇਰੇ ਨੈਣ ਨਕਸ਼ੀਆਂ ਤੋਂ ਸੁੰਦਰ ਨੇ ਤਕਣੀ ਵਿੱਚ ਮਸਤੀ ਅੰਤਾਂ ਦੀ ਸਾਹਾਂ ਵਿੱਚ ਮਹਿਕਾਂ ਕੁੜੀਆਂ ਨੇ ਜੋ ਹੋਸ਼ ਭੁਲਾ ਦੇ ਜਨਤਾ ਦੀ ਤੇਰੀ ਜਾਤ ਚ ਖਿੜ ਕੇ ਨੱਚੀ ਉੱਠਦੇ ਪਏ ਮਤਮ ਵਿਚਾਰੀ ਉਦਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਚਲਣ ਸੁਵਾਸ ਮੇਰੇ ਯਾਦ ਰਹੇ ਤਾਂ ਜੀਨਾ ਜੇ ਵਿਸਰੇ ਤਾਂ ਮਰ ਜਾਂਦਾ ਜਦ ਪ੍ਰੀਤ ਹੁਲਾਰਾ ਦਿੰਦਿਆਂ ਮੈਂ ਸੌ ਸਾਗਰ ਤਰ ਜਾਂਦਾ ਜਦ ਪ੍ਰੀਤ ਹੁਲਾਰਾ ਦਿੰਦੀ ਹੈ ਮੈਂ ਸੌ ਸਾਗਰ ਤਰ ਜਾਂਦਾ ਜਦ ਤੁਨੀ ਮੁਹੱਬਤ ਚੱਲਦੀ ਹੈ ਹੋ ਚੰਦ ਪੰਥ ਖਲਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਚਲਣ ਸੁਵਾਸ ਮੇਰੇ ਧਰਤੀ ਤੋਂ ਅੰਬਰ ਤੋੜੀ ਹੀ ਤੇਰਾ ਹੀ ਨੂਰ ਨਜ਼ਾਰਾ ਹੈ ਫੁੱਲਾਂ ਦੀ ਕੈਦ ਸੁਗੰਧ ਭਰੀ ਜਗ ਪ੍ਰੀਤਾ ਦਾ ਵਨਜ਼ਾਰਾ ਹੈ ਲੋੜਾਂ ਦੇ ਪੀਣੇ ਲੋਕੀ ਨੇ ਨਿੱਤ ਆਉਣ ਸ਼ਿਕਾਇਤਾਂ ਪਾਸ ਤੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਚਲਣ ਸੁਵਾਸ ਮੇਰੇ ਜੋ ਧੁੱਪ ਵਿੱਚ ਤਪ ਸੜ ਉੱਠਦਾ ਹੈ ਜਦ ਵਾਹਿਗੁਰੂ ਆਖਾਂ ਠਰ ਜਾਂਦਾ ਗਮ ਦੇ ਸੋ ਸਾਗਰ ਡੁੱਬਦਾ ਤੇਰਾ ਨਾਮ ਲਵਾਂ ਤਾਂ ਤਰ ਜਾਂਦਾ ਇਹ ਮਸਤਕ ਨੂਰ ਪਿਆਰਾ ਦਾ ਸਭ ਪਾਪ ਕਰੋ ਜੀ ਨਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਚਲਣ ਸੁਵਾਸ ਮੇਰੇ
ਜੋ ਕੁਝ ਦੁਨੀਆਂ ਤੇ ਰਮ ਕਿਰਿਆ ਇਸ ਸਭ ਵਿੱਚ ਤੇਰਾ ਵਾਸਾ ਹੈ ਇਸ ਲੱਖ 84 ਜੂਨਾਂ ਨੂੰ ਇੱਕ ਤੇਰਾ ਹੀ ਪਰਵਾਸਾ ਹੈ ਇੱਕ ਤੇਰਾ ਹੀ ਪਰਵਾਸਾ ਤੇਰੇ ਇੱਕ ਕਿਨਕੇ ਨਾਲ ਹੋਈ ਉੱਠਦਾ ਮਨ ਬਹੁਤ ਵੱਡਾ ਪਰ ਕਾਸ਼ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਚੱਲਣ ਸੁਆਸ ਮੇਰੇ ਕੁਰਬਾਨ ਹਾਂ ਕੁਰਬਾਨ ਹਾਂ ਤੇਰੇ ਨਾਮ ਵਿਟੋ ਜੋ ਜਪਣ ਮੰਗਾ ਤੂੜੀ ਨੂੰ ਮੁੱਖ ਮੋੜ ਨਾ ਦਿਲ ਤੋੜ ਨਾ ਰੱਖ ਪਿਆ ਮੁਹੱਬਤ ਗੋੜ ਨੂੰ ਮੁੱਖ ਮੋੜੀ ਨਾ ਦਿਲ ਤੋੜੀ ਨਾ ਰੱਖ ਪਿਆ ਮੁਹੱਬਤ ਗੋੜੀ ਨੂੰ ਲਿਖ ਲਿਖ ਕੇ ਬੈਂਕਾਂ ਗੋਦਾਰੂ ਗੁਣ ਪਰ ਰੱਖੀ ਵਿੱਚ ਖਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਮੇਰਾ ਜੀਵਨ ਹੈ ਤੇਰੇ ਨਾਮ ਨ ਚੱਲਣ ਸੁਆਸ ਮੇਰੇ ਤੇਰੀ ਪ੍ਰੀਤ ਹੀ ਪ੍ਰੀਤ ਮੇਰਾ ਜੀਵਨ ਹੈ ਤੇਰੇ ਨਾਮ ਨ ਚੱਲਣ ਸੁਆਸ ਮੇਰੇ ਮਰਨਨ ਵਿਸਰਨ ਗੋਬਿੰਦੇ ਜੀਵਨ ਹਰ ਨਾਮ ਧਿਆਵਣ ਪਰਮੇਸ਼ੁਰ ਨੂੰ ਵਿਸਰ ਜਾਣਾ ਮਨੁੱਖ ਦੀ ਮੌਤ ਹੈ ਉਹਦੀ ਆਰਾਧਨਾ ਕਰਨਾ ਉਹਦਾ ਸਿਮਰਨ ਕਰਨਾ ਮਨੁੱਖ ਦਾ ਜੀਵਨ ਹੈ ਤੋ ਇਹ ਦਾਤ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੀ ਝੋਲੀ 'ਚ ਪਾਉਣ ਵੱਖ ਵੱਖ ਸਕੂਲਾਂ ਦੇ ਬੱਚੇ ਵੱਖ ਵੱਖ ਵਰਦੀਆਂ ਮੈਂ ਵੇਖ ਰਿਹਾ ਮੈਂ ਉਹਨਾਂ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਟੀਚਰਾਂ ਦਾ ਧੰਨਵਾਦ ਕਰਦਾ ਜਿਹੜੇ ਬੱਚਿਆਂ ਨੂੰ ਚੇਚੇ ਤੌਰ 'ਤੇ ਮਹਾਰਾਜ ਦੇ ਦਰਸ਼ਨ ਕਰਾਉਣ ਵਾਸਤੇ ਆਏ ਆ ਅਤੇ ਬੱਚੇ ਵੀ ਬੜੇ ਡਿਸਿਪਲਨ ਦੇ ਨਾਲ ਸੁੰਦਰ ਜਿਨ੍ਹਾਂ ਦੇ ਸਿਰਾਂ 'ਤੇ ਦਸਤਾਰਾਂ ਸੋਭ ਰਹੀਆਂ ਬੱਚਿਓ ਤੁਹਾਡੇ ਸਿਰਾਂ 'ਤੇ ਇਸੇ ਤਰ੍ਹਾਂ ਦਸਤਾਰਾਂ ਸੋਭਦੀਆਂ ਰਹਿਣ ਗੁਰੂ ਤੁਹਾਡੇ 'ਤੇ ਕਿਰਪਾ ਕਰੇ ਇਹ ਤੁਹਾਡੇ ਸਿਰ 'ਤੇ ਖੁਦਾਈ ਦਾ ਤਾਜ ਰੱਖਿਆ ਮਹਾਰਾਜ ਨੇ ਹੁਣ ਸਿਆਲ ਤੁਰਿਆ ਆਉਂਦਾ ਨਾ ਅੱਗੇ ਸਿਆਲ ਆ ਬੱਚੇ 'ਤੇ ਟੋਪੀਆਂ ਪਾਉਂਦੇ ਪਾਉਂਦੇ ਬੀਬੀਆਂ ਟੋਪੀਆਂ ਪਾਉਣ ਲੱਗ ਪਈਆਂ ਬੀਬੀਆਂ ਇੱਕ ਮਹਾਰਾਜ ਦਾ ਬਚਨ ਪਲਕ ਪੱਲੇ ਬੰਨ ਕੇ ਖੜੇ ਹੋ ਮਹਾਰਾਜ ਦੇ ਬਚਨ ਗੁਰੂ ਕਲਗੀਧਰ ਪਾਤਸ਼ਾਹ ਦੇ ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਹਾਰਾਜ ਜਿਹੜਾ ਸਿੱਖ ਦਾ ਪੁੱਤ ਹੋ ਕੇ ਸਿਰ 'ਤੇ ਟੋਪੀ ਬਾਹਵੇਗਾ ਨਾ ਉਹ ਇੱਕ ਨਹੀਂ ਉਹ ਸੱਤ ਜਨਮ ਕੋੜੀ ਹੋ ਕੇ ਮਰੇਗਾ ਕਿਹੜੀ ਮਾਂ ਜਿਹੜੀ ਆਂਦੀ ਮੇਰਾ ਬੱਚਾ ਸੱਤ ਜਨਮ ਕੋੜੀ ਹੋ ਕੇ ਮਰੇ ਬੱਚੇ ਦੀਆਂ ਮਾਂ 100-100 ਸੁਖਣਾ ਸੁੱਖਦੀ ਆ ਬੱਚੇ ਤੁਹਾਡੇ ਇਸੇ ਤਰ੍ਹਾਂ 17 ਦਸਤਾਰਾਂ ਸਿਰਾਂ 'ਤੇ ਸੋਭਦੀਆਂ ਰਹਿਣ
ਇਹ ਸਾਡੇ ਪਾਤਸ਼ਾਹ ਨੇ ਸਾਡੇ ਸਿਰ ਤੇ ਮੁਕਟ ਰੱਖਿਆ ਹੈ, ਇਹ ਦਸਤਾਰ ਸਾਡੀ ਰਾਜ ਦੀ ਨਿਸ਼ਾਨੀ ਹੈ, ਕਿਉਂਕਿ ਰੰਗ ਜੇ ਬਾਦਸ਼ਾਹ ਦਾ ਹੁਕਮ ਸੀ ਮੇਰੇ ਰਾਜ ਵਿੱਚ ਕੋਈ ਪੱਗ ਨਹੀਂ ਬੰਨ ਸਕਦਾ। ਰਾਜਾ ਪੱਗ ਬੰਨਦਾ ਸੀ, ਵਜ਼ੀਰ ਅੱਧੀ ਪੱਗ ਬੰਨਦਾ ਸੀ, ਬਾਕੀ ਸਭ ਟੋਪੀ ਪਾਉਂਦੇ ਸੀ। ਟੋਪੀ ਟੋਪੀ ਇੱਕ ਗੁਲਾਮੀ ਦਾ ਚਿੰਨ੍ਹ ਸੀ ਜਿਹਨੂੰ ਸਾਡੇ ਨੌਜਵਾਨ ਸ਼ੌਕ ਨਾਲ ਪਾਉਣ ਲੱਗ ਪਏ। ਨਹੀਂ, ਟੋਪੀ ਦੇਖ ਨਵਾਵੇ ਸੀਸ, ਸੋ ਸਿੱਖ ਨਰਕੀ ਵਿਸਵੇ ਬੀਸ। ਉਹ ਵੀ ਵਿਸਵੇ ਨਰਕਾਂ ਨੂੰ ਜਾਏਗਾ ਜਿਹੜਾ ਸਿਰ 'ਤੇ ਟੋਪੀ ਪਾਏਗਾ। ਕਦੇ ਪੈਰਾਂ ਵਿੱਚ ਜਰਾਬਾਂ ਪਾ ਕੇ ਨਹੀਂ ਆਉਣਾ, ਕਿਉਂਕਿ ਬੱਚਿਓ ਤੁਸੀਂ ਲੰਮਾ ਜੀਵਨ ਜੀਣਾ, ਵੱਡੀਆਂ ਜਵਾਨੀਆਂ ਉਮਰਾਂ ਮਾਣੋ, ਜ਼ਿੰਦਗੀ ਭਰ ਆਪਣੇ ਮਨ 'ਚ ਵਸਾ ਕੇ ਰੱਖ ਲਿਓ। ਕਦੇ ਪਾਤਸ਼ਾਹ ਦੇ ਦਰਬਾਰ 'ਚ ਜਰਾਬਾਂ ਪਾ ਕੇ ਨਹੀਂ ਆਉਣਾ, ਸਿਰ 'ਤੇ ਸੁੰਦਰ ਦਸਤਾਰ ਸਜਾ ਕੇ ਆਉਣਾ ਔਰ ਚੜ੍ਹਦੀ ਕਲਾ ਵਾਲਾ ਜੀਵਨ ਜੀਣਾ। ਜਿਹੜੇ ਵੱਢ ਵਡੇਰਿਆਂ ਦੇ ਸਾਡੀਆਂ ਇੰਨੀਆਂ ਭਾਰੀਆਂ ਕੁਰਬਾਨੀਆਂ ਕੀਤੀਆਂ, ਇਹ ਸਾਨੂੰ ਤਾਜ ਦਵਾਏ ਆ, ਇਹ ਜ਼ਿੰਮੇਦਾਰੀ ਹੁਣ ਸਾਡੇ ਸਿਰ ਮੋਢਿਆਂ 'ਤੇ ਹੈ ਸਿੱਖੀ ਨੂੰ ਪਾਲਣਾ। ਸਵੇਰੇ ਅੰਮ੍ਰਿਤ ਸੰਚਾਰ ਹੋਣਾ, ਗੁਰੂ ਕਿਰਪਾ ਕਰੇ, ਵੱਡੇ ਭਾਗ ਆ ਜਿਨ੍ਹਾਂ ਨੇ ਸਵੇਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਬਚਨ ਕਿਹਾ ਕਰਦੇ ਸੀ, ਜਿੰਨੇ ਬੋੜ ਦੇ ਰੁੱਖ ਨੂੰ ਪੱਤੇ ਲੱਗੇ ਹੁੰਦੇ ਹਨ, ਇੰਨੇ ਚੰਗੇ ਕਰਮ ਕੀਤੇ ਹੋਣ ਅਤੇ ਫਿਰ ਇਹ ਮਨੁੱਖਾ ਦੇਹੀ ਮਿਲਦੀ ਜੇ, ਅਤੇ ਬੋੜ ਦੇ ਰੁੱਖ ਨੂੰ ਜਿੰਨੀਆਂ ਗੋਲਾਂ ਲੱਗੀਆਂ ਹੁੰਦੀਆਂ, ਇੰਨੇ ਚੰਗੇ ਕਰਮ ਕੀਤੇ ਹੋਣ ਅਤੇ ਫਿਰ ਸਿੱਖਾਂ ਦੇ ਘਰ ਦਾ ਜਨਮ ਮਿਲਦਾ ਅਤੇ ਸਿੱਖਾਂ ਦੇ ਘਰ ਦਾ। ਇੱਕ ਤਾਂ ਐਵੇਂ ਮਿਲ ਜਾਂਦਾ, ਮੈਂ ਸੁਨਾਮ ਇਲਾਕੇ 'ਚ ਪ੍ਰਚਾਰ ਕਰਨ ਗਿਆ, ਪੰਜ ਪਿਆਰੇ ਸਾਹਿਬਾਨ ਮੈਨੂੰ ਬਚਨ ਸੁਣਾਉਣ ਆਉਂਦੇ। ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ, ਦਰਸ਼ਨ ਕਰਕੇ ਸਰੋਵਰ ਦੀਆਂ ਪਰਿਕਰਮਾ ਕਰ ਰਹੇ ਸਾਂ। ਇੱਕ ਨੌਜਵਾਨ, ਜਦੋਂ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਬੇਰੀ ਦੇ ਕੋਲ ਗਏ ਨਾ, ਇੱਕ ਨੌਜਵਾਨ ਕਲੀਨ ਸ਼ੇਪ, ਉਹਨੇ ਸਾਡੇ ਪੰਜਾਂ ਦੇ ਆ ਕੇ ਪੈਰਾਂ 'ਤੇ ਮੱਥਾ ਟੇਕਤਾ। ਅਸੀਂ ਉਹਨੂੰ ਵਰਜਿਆ ਹੋਇਆ, ਮੱਥਾ ਸਰੀਰਾਂ ਨੂੰ ਨਹੀਂ ਟੇਕੀਦਾ ਹੁੰਦਾ, ਮੱਥਾ ਗੁਰੂ ਸਾਹਿਬ ਨੂੰ ਟੇਕੀਦਾ ਹੁੰਦਾ। ਉਹ ਨੌਜਵਾਨ ਪਿਛਾਂ ਹਟ ਕੇ ਅਤੇ ਉੱਚੀ ਉੱਚੀ ਰੋਣ ਲੱਗ ਪਿਆ। ਉਹਦੀ ਬੋਲੀ ਕੋਈ ਜਾਣਦਾ ਨਹੀਂ ਸੀ, ਉਹ ਤਾਮਿਲਨਾਡੂ ਦੇ ਰਹਿਣ ਵਾਲਾ ਸੀ, ਇੱਕ ਸਿੱਖ ਬੜਾ ਪੜ੍ਹਿਆ ਲਿਖਿਆ। ਉਹਨੇ ਉਹਨੂੰ ਪੁੱਛਿਆ, ਵੇ ਤੈਨੂੰ ਇਹਨਾਂ ਸਿੰਘਾਂ ਨੇ ਕੁਝ ਆਖਿਆ? ਉਹਨੇ ਆਖਿਆ, ਨਹੀਂ, ਇਹਨਾਂ ਸਿੰਘਾਂ ਨੇ ਮੈਨੂੰ ਕੁਝ ਨਹੀਂ ਆਖਿਆ, ਇਹਨਾਂ ਦੇ ਸੁੰਦਰ ਦਾੜੇ, ਇਹਨਾਂ ਦੇ ਸਿਰਾਂ ਉੱਤੇ ਗੋਲ ਦਸਤਾਰੇ, ਇਹਨਾਂ ਦੇ ਗਲਾਂ ਵਿੱਚ ਸ੍ਰੀ ਸਾਹਿਬਾਂ, ਇਹ ਮੈਨੂੰ ਸਿੰਘ ਪਿਆਰੇ ਬੜੇ ਲੱਗਦੇ ਸੀ, ਮੈਂ ਇਹਨਾਂ ਦੇ ਚਰਨਾਂ 'ਤੇ ਤਾਂ ਮੱਥਾ ਟੇਕਿਆ ਸੀ। ਉਹਨੇ ਆਖਿਆ, ਫਿਰ ਤੂੰ ਰੋਨਾ ਕਿਉਂ ਆ? ਆਂਦਾ, ਮੈਂ ਰੋਨਾ ਤਾਂ ਵਾ ਵੀ ਧੰਨ ਗੁਰੂ ਰਾਮਦਾਸ ਸੱਚਿਆ ਪਾਤਸ਼ਾਹ, ਤੂੰ ਮੈਨੂੰ ਸਿੱਖਾਂ ਦੇ ਘਰ ਦਾ ਜਨਮ ਕਿਉਂ ਨਹੀਂ ਦਿੱਤਾ? ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿਹਾ ਕਰਦੇ ਸੀ, ਜਿੰਨੇ ਬੋੜ ਦੇ ਰੁੱਖ ਨੂੰ ਗੋਲਾਂ ਲੱਗੀਆਂ ਹੁੰਦੀਆਂ, ਇੰਨੇ ਚੰਗੇ ਕਰਮ ਕੀਤੇ ਹੋਣ ਅਤੇ ਫਿਰ ਸਿੱਖਾਂ ਦੇ ਘਰ ਦਾ ਜਨਮ ਮਿਲਦਾ ਜੇ, ਅਤੇ ਉਹਨਾਂ ਗੋਲਾਂ ਵਿੱਚ ਜਿੰਨੇ ਬੀ ਹੁੰਦੇ ਆ, ਇੰਨੇ ਚੰਗੇ ਕਰਮ ਕੀਤੇ ਹੋਣ
ਤੇ ਫਿਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਮਿਲਦੀ ਆ। ਅੰਮ੍ਰਿਤ ਪੀਵੋ ਸਦਾ ਚਿਰ ਜੀਓ, ਜਿਨ੍ਹਾਂ ਨੇ ਸਦਾ ਵਾਸਤੇ ਜੀਣਾ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਆਓ, ਮੈਨੂੰ ਹੁਕਮ ਹੋਇਆ 20ਵੀਂ ਸਦੀ ਦੇ ਮਹਾਨ ਯੋਧੇ, ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਮਰਦੇ ਮੁਝਾਤ ਸੰਤ ਬਾਬਾ ਜਰਨੈਲ ਸਿੰਘ ਜੀ, ਖਾਲਸਾ ਪਿੰਡਰਾਂ ਵਾਲੇ ਕੌਣ ਨਹੀਂ ਉਹਨਾਂ ਨੂੰ ਜਾਣਦਾ। ਵਾਹ ਨੌਜਵਾਨੋ, ਮੇਰੀ ਉਮਰ ਉਦੋਂ 18 ਸਾਲ ਦੀ ਸੀ। ਵਾਹਿਗੁਰੂ, ਮੈਨੂੰ ਸਾਰੀ ਸੂਝ ਬੂਝ ਆ। ਮੈਂ ਉਹਨਾਂ ਦੇ ਦਰਸ਼ਨ ਕਰਦਾ ਰਿਹਾ ਤੇ ਉਹਨਾਂ ਦੇ ਦੀਵਾਨ ਚ ਉਹਨਾਂ ਦੀਆਂ ਸਪੀਚਾਂ ਵੀ ਸੁਣਦਾ ਰਿਹਾ। ਤੁਹਾਡੇ ਵਰਗੇ ਨੌਜਵਾਨ ਗੱਭਰੂ ਜਿਹੜੇ ਆਪਣੇ ਹੱਕਾਂ ਦੀ ਖਾਤਰ ਜਾਨਾਂ ਤਲੀ ਤੇ ਰੱਖੀ ਬੈਠੇ ਸੀ, 3 ਲੱਖ ਨੌਜਵਾਨਾਂ ਦੀ ਲਿਸਟ ਸੰਤ ਬਾਬਾ ਜਰਨੈਲ ਸਿੰਘ ਦੇ ਹੱਥ ਵਿੱਚ ਸੀ। ਵਾਹ ਵਾਹ, ਅੱਜ ਪੁੱਤ ਪਿਓ ਦੇ ਆਖੇ ਨਹੀਂ ਲੱਗਦਾ ਉਹਨਾਂ ਦਾ ਕਿੰਨਾ ਉੱਚਾ ਸੁੱਚਾ ਜੀਵਨ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਸਿੰਘੋ ਦਰਬਾਰ ਲੱਗਦਾ ਸੀ, ਜਿੱਦਾਂ 6ਵੇਂ ਪਾਤਸ਼ਾਹ ਦਾ ਦਰਬਾਰ ਲੱਗਦਾ ਸੀ ਨਾ, ਉਹਨਾਂ ਦਾ ਦਰਬਾਰ ਲੱਗਿਆ ਕਰਦਾ ਸੀ ਤੇ ਲੋਕਾਂ ਦੇ ਦੁੱਖ ਸੁੱਖ ਸੰਤਾਂ ਦੇ ਦਰਬਾਰ ਵਿੱਚ ਸੁਣੇ ਜਾਂਦੇ ਸੀ। ਇੱਕ ਮਾਈ ਸੰਤਾਂ ਦੇ ਦਰਬਾਰ 'ਚ ਆਈ, ਹਾਂਜੀ ਬਾਬਾ ਜੀ, ਮੈਂ ਆਪਣਾ ਪੁੱਤ ਤੁਹਾਡਾ ਸੰਗੀ ਬਣਾਉਣਾ ਚਾਹੁੰਦੀ ਹਾਂ, ਜਿਹਨੂੰ ਆਪਣੇ ਨਾਲ ਰੱਖੋ। ਤੇ ਸੰਤਾਂ ਨੇ ਆਖਿਆ, ਮਾਈ ਇੱਥੇ ਲੰਗਾਂ ਵੀ ਪ੍ਰਵਾਨ, ਇੱਥੇ ਅੰਨਾ ਵੀ ਪ੍ਰਵਾਨ। ਅੰਨਾ ਜਿਹੜਾ ਭਾਂਡੇ ਮਾਂਜੀ ਜਾਊਗਾ, ਲੰਗਾਂ ਅਗਡਾਈ ਜਾਊਗਾ, ਗੁਰੂ ਘਰ ਲੰਗਰ ਪੱਕਦਾ ਰਹੂਗਾ। ਉਹਨੇ ਆਖਿਆ, ਬਾਬਾ ਜੀ, ਨਾ ਤੇ ਮੇਰਾ ਪੁੱਤ ਲੰਗਾਂ ਜੇ ਤੇ ਨਾ ਅੰਨਾ ਜੇ, ਮੈਂ ਤੁਹਾਡੇ ਜਥੇ 'ਚ ਭਰਤੀ ਕਰਨਾ ਜਿਹਨੂੰ ਤੁਸੀਂ ਹਮੇਸ਼ਾ ਨਾਲ ਹੀ ਰੱਖੋ ਆਪਣੇ 'ਚ। ਸੰਤਾਂ ਨੇ ਆਖਿਆ, ਮਾਈ ਇਸ ਤਰ੍ਹਾਂ ਗੱਲ ਨਹੀਂ ਬਣਨੀ, ਅਸੀਂ ਜਥੇ 'ਚ ਉਹ ਸਿੰਘ ਨੂੰ ਭਰਤੀ ਕਰਦੇ ਆਪਣੇ ਨਾਲ ਜਿਹੜਾ ਪੁਲਿਸ ਵਾਲਿਆਂ ਕੋਲ ਛਟੇਨ ਜਾਂ ਰਫਲ ਖੋਹ ਕੇ ਲਿਆਵੇ। ਉਹ ਮਾਈ ਤੇ ਉੱਥੇ ਹੀ ਚੁੱਪ ਕਰ ਗਈ। ਭਾਈ ਮਥਰਾ ਸਿੰਘ ਬੈਠਾ ਸੀ, ਚੌੜੇ ਮਧਰੇ ਦੇ ਰਹਿਣ ਵਾਲਾ, ਕਹਿਣ ਲੱਗਾ, ਮਹਾਂਪੁਰਸ਼ੋ, ਜੇ ਤੁਹਾਡਾ ਹੁਕਮ ਹੋਏ ਤੇ ਕੰਮ ਮੈਂ ਹੁਣੇ ਕਰ ਦਿੰਦਾ। ਲੰਗਰ ਦੀਆਂ ਪੌੜੀਆਂ ਉੱਤਰ ਆਇਆ ਸੂਰਮਾ, CRP ਦੀ ਭੀੜ ਲੱਗੀ ਸੀ, ਇੱਕ ਦੀਆਂ ਖੁੱਚਾਂ 'ਚ ਜੱਟ ਨੇ ਲੱਤ ਮਾਰੀ, ਮੂੰਹ ਤੇ ਮੂੰਹ ਕਰਕੇ ਸੁੱਟ ਦਿੱਤਾ, ਛਟੇਨ ਖੋ ਕੇ ਤੇ ਸੰਤਾਂ ਦੇ ਕੋਲ ਆਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੰਤਾਂ ਨੇ ਉਹਨੂੰ ਸਰੋਪੇ ਦੇ ਕੇ ਨਵਾਜਿਆ। ਉਹ ਭਾਈ ਮਥਰਾ ਸਿੰਘ, ਜਿਹਨੇ ਭਾਈ ਸੁਖਿੰਦਰ ਸਿੰਘ, ਸੁਖਦੇਵ ਸਿੰਘ ਸੁੱਖੇ ਤੇ ਹਰਜਿੰਦਰ ਸਿੰਘ ਜਿੰਦੇ ਦਾ ਸਾਥ ਦੇ ਕੇ ਉਹ ਦਿੱਲੀ ਦੇ ਕਾਤਲਾਂ ਨੂੰ ਲਲਿਤ ਮਾਕਣ ਤੇ ਅਰਜਨ ਗੁੰਡੇ ਨੂੰ ਮੌਤ ਦੀ ਗੱਡੀ ਚੜਾਇਆ ਸੀ, ਜਿਹਦਾ 15 ਲੱਖ ਰੁਪਇਆ ਨਾਮ ਸੀ, ਜਿਹਨੂੰ ਜੰਡਿਆਲਾ ਗੁਰੂ ਦੀ ਪੁਲਿਸ ਨੇ ਘੇਰਾ ਪਾ ਕੇ ਸ਼ਹੀਦ ਕੀਤਾ। ਇਹੋ ਜੇ ਯੋਧੇ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਰਿਹਾ ਕਰਦੇ ਸੀ। ਜਨਰਲ ਸ਼ਬੈਕ ਸਿੰਘ ਜੀ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਭਾਈ ਸੁਰਿੰਦਰ ਸਿੰਘ ਜੀ ਸੋਢੀ, ਔਰ ਬਾਬਾ ਠਾਰਾ ਸਿੰਘ ਜੀ, ਕਿਹੋ ਕਿਹੋ ਜਿਹੇ ਮਹਾਨ ਯੋਧੇ ਉਹਨਾਂ ਦੀ ਫੌਜ ਦੇ ਵਿੱਚ ਸਨ, ਜਿਨ੍ਹਾਂ ਨੇ ਆਈ ਫੌਜ ਦਾ ਕਿਸ ਤਰ੍ਹਾਂ ਮੂੰਹ ਪਵਾਇਆ, ਜੋ ਉਹਨਾਂ ਕਿਹਾ ਉਹਨਾਂ ਉਹ ਕਰਕੇ ਵਿਖਾਇਆ। ਗੁਰੂ ਕੇ ਸਿੱਖੋ, ਹਰਿਮੰਦਰ ਸਾਹਿਬ ਸਿੱਖਾਂ ਦਾ ਸੀਨਾ ਹੈ ਸੀਨਾ, ਤੇ ਜੇ ਕੋਈ ਸੀਨੇ ਤੇ ਪੈਰ ਰੱਖ ਕੇ
ਆਖੇ ਮੈਂ ਗਹਿ ਲੰਘ ਜੂੰਗਾ, ਫੇ ਉਹਦਾ ਭੁਲੇਖਾ ਹੈ। ਆਓ ਸੰਤ ਬਾਬਾ ਜਰਨੈਲ ਸਿੰਘ ਜੀ, ਉਹਨਾਂ ਦੀ ਚੜ੍ਹਤ, ਉਹਨਾਂ ਦਾ ਰੋਬ, ਸਮੇਂ ਦੀਆਂ ਸਰਕਾਰਾਂ, ਉਹਨਾਂ ਕੋਲ ਕਿਤਰਾ ਥਰੀਅਰ ਥਰੀਅਰ ਕੰਮ ਦੀਆਂ ਸਨ। ਲੈਣਾ ਤੁਹਾਡੇ ਸਾਹਮਣੇ ਸਕੇ ਭਰਾਵਾਂ ਦੀ ਜੋੜੀ ਹੈ, ਇੰਜ ਬਿਆਨ ਕਰ ਦਿੰਦੇ। ਤੁਰੇ ਮਿੱਥਿਓ ਅੰਮ੍ਰਿਤਸਰ ਵੱਲ ਨੂੰ, ਬੱਬਰ ਸ਼ੇਰ ਦੇ ਸਾਥੀ ਖੁਦ ਨਾਲ ਵੀਰੋ, ਲੈਸ਼ ਸਸਤਰਾਂ ਦੇ ਨਾਲ ਫੱਬਦੇ ਸੀ, ਜੱਗੋ ਵੱਖਰੀ ਚੜ੍ਹਤ ਕਮਾਲ ਵੀਰੋ। ਉਹ ਜਿਹਦੇ ਰੋਬ ਤੋਂ ਡਰਦੀ ਸਰਕਾਰ ਕੰਬੇ, ਪਿੱਟਣਾ ਵਾਲਾ ਸੀ ਮੇਜੀ ਅਸਮਾਨ ਪਾਈ, ਚਾਂਦੀ ਸ਼ੂਕਦੀ ਕਾਰਜ ਜਾਰੂਗਾ ਦੀ, ਗੰਨਾ ਸ਼ੀਸ਼ਿਆਂ ਚ ਦਿਸਣ ਪਾਰ ਪਾਈ। ਅੱਗ ਜੋਸ਼ ਦੀ ਨੈਣਾ ਵਿੱਚ ਭੜਕਦੀ ਹੈ, ਤਕੜੇ ਹਾਕਮਾ ਦਾ ਸੰਗ ਪਿਆ ਸੁੱਕਾ, ਬਿਜਲੀ ਮੌਤ ਦੀ ਉਹਨਾਂ ਸਿਰ ਕੜਕਦੀ ਹੈ। ਹੋ ਮੁਖੀ ਚੋਦਵਾ ਤਾਪਤ ਵੀ ਸੰਸਦਾ ਦਾ, ਕਹਿਣੀ ਕਰਨੀ ਦਾ ਪੂਰਾ ਜਥੇਦਾਰ ਪਾਈ, ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ, ਘਟਨਾ ਸ਼ੀਸ਼ਿਆਂ ਚੋਂ ਦਿਸਣ ਪਾਰ ਪਾਈ। ਕੀਤੇ ਬਚਨਾ ਤੇ ਦੜਾਣ ਸੂਰੇ, ਵੈਰੀ ਕੁਫਰ ਦੇ ਤੇ ਹਮੀ ਸੱਚ ਦੇ ਨੇ, ਜੂਣਾ ਸੱਚ ਲਈ ਸੱਚ ਲਈ ਮਰਨ ਖਾਤਰ, ਲੋੜ ਪੈਣ ਤੇ ਤੇਗਾ ਤੇ ਨੱਚਦੇ ਨੇ। ਉਹ ਅੰਮ੍ਰਿਤ ਧਾਰੀ ਪ੍ਰਤੱਖ ਨਿਟਾਰੀ ਕਿਉਂਦੇ, ਕਲਗੀ ਵਾਲੇ ਦੇ ਸਿੰਘ ਸਰਦਾਰ ਪਾਈ, ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ, ਗੰਨਾ ਸ਼ੀਸ਼ਿਆਂ ਚ ਦਿਸਣ ਪਾਰ ਪਾਈ। ਭੁੱਲਣ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ, ਕਿਹੜੀ ਗੱਲ ਤੋਂ ਬਾਬੇ ਹਥਿਆਰ ਰੱਖੇ, ਛੇਵੇਂ ਗੁਰਾਂ ਨੇ ਕੀਤਾ ਸਦਾਤ ਲਾਗੂ, ਸ਼ਸਤਰ ਰੱਖੇ ਤੇ ਨਾਲ ਸਤਕਾਰ ਰੱਖੇ। ਓਏ ਕਾਲ ਤਖਤ ਰਚਿਆ ਜੰਗੀ ਫੌਜ ਰੱਖੀ, ਰੋਕਣ ਵਾਸਤੇ ਅੱਧਿਆਂ ਚਾਨ ਪਾਈ, ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ, ਗੰਨਾ ਸ਼ੀਸ਼ਿਆਂ ਜੋ ਦਿਸਣ ਪਾਰ ਪਾਈ। ਓਏ ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਹੈ, ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਹੈ, ਰਾਜ ਕੀਤਾ ਤੇ ਖਾਲਸੇ ਰਾਜ ਕਰਨਾ, ਦਿੱਲੀ ਜਿੱਤ ਕੇ ਦਸ਼ਣਾ ਵਿੱਚ ਦੇਣੀ, ਚੁੱਕਣ ਵਾਲਿਆਂ ਨਾਲ ਲਿਹਾਜ ਕਰਨਾ। ਉਹ ਪਤਾ ਲੱਗੇ ਜਦ ਖਾਲਸਾ ਆ ਰਿਹਾ ਹੈ, ਨਾਕਾ ਛੜ ਲੋਕ ਦੇ ਠਾਣੇ ਤਾਰ ਪਾਈ, ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ, ਗੰਨਾ ਸ਼ੀਸ਼ਿਆਂ ਚ ਦਿਸਣ ਪਾਰ ਪਾਈ। ਸਾਥੀ ਸੋਢੀ ਤੇ ਭਾਈ ਅਮਰੀਕ ਸਿੰਘ ਜੀ, ਉੱਠੋ ਪੈਰ ਹੀ ਬਾਬੇ ਦੇ ਨਾਲ ਰਹਿੰਦੇ, ਕਾਬਲ ਸਿੰਘ ਵਰਗੇ ਗੈਰਤਮੰਦ ਸੂਰੇ, ਵੈਰੀ ਜ਼ੁਲਮ ਦੇ ਸਬਰ ਦੀ ਢਾਲ ਰਹਿੰਦੇ। ਉਹ ਅਮਰਜੀਤ ਸਿਆਂ ਮੌਤ ਵੀ ਜ਼ਿੰਦਗੀ ਹੈ, ਮਰਦ ਮਰਨ ਨੂੰ ਰਹਿਣ ਤਿਆਰ ਪਾਈ, ਜਾਂਦੀ ਸ਼ੋਕ ਦੀ ਕਾਰਜ ਜਾਰੂਆਂ ਦੀ, ਕੰਨਾ ਸ਼ੀਸ਼ੇ
ਦਲੇਰ ਪਿਰਨੇ ਓ ਗੱਪਾ ਮਾਰ ਗੁਆਰ ਹਜ਼ਾਰ ਜਾਂਦੇ ਓ ਪੂਰੇ ਕੋਲ ਇਕਰਾਰ ਨਿਭਾਉਣ ਪਿਰਨੇ ਜਦੋਂ ਯਾਰ ਦੇ ਹੱਥ ਤਲਵਾਰ ਹੋਵੇ ਓਏ ਬੇਟਾ ਸੀਸ ਦੀ ਉਦੋਂ ਚੜਾਉਣ ਮਿਰਲੀਆਂ ਮਾਵਾਂ ਸੰਤ ਬਾਬਾ ਜਨੈ ਸਾਲ ਗਏ ਮਰਦ ਪੈਦਾ ਕਰਦੀਆਂ ਵਾਹ ਨਮਸਕਾਰ ਹੈ ਉਹਨਾਂ ਦੀ ਕੁਰਬਾਨੀ ਨੂੰ ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਜੀਓ ਆਇਆ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਪ੍ਰਕਾਸ਼ ਦੀ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈ ਹੋਵੇ ਮਹਾਂਪੁਰਸ਼ਾਂ ਦਾ ਧੰਨਵਾਦ ਜਿੰਨੀਆਂ ਵੀ ਸੰਸਥਾਵਾਂ ਜਿੰਨੇ ਵੀ ਗੁਣੀ ਗਿਆਨੀ ਪਹੁੰਚੇ ਆ ਸਭ ਦਾ ਧੰਨਵਾਦ ਭੁੱਲ ਚੁੱਕ ਦੀ ਮਾਫ਼ੀ ਫਤਿਹ ਗੱਜ ਕੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੀਆਂ ਬੁਲੰਦ ਆਵਾਜ਼ਾਂ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਪੰਥ ਦੇ ਮਹਾਨ ਕਵੀਸ਼ਰ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਧੰਨਵਾਦ ਜੀਓ ਆਇਆ ਇੱਕ ਸਮਾਂ ਸੀ ਜਦੋਂ ਭਾਈ ਗੁਰਲਾਲ ਸਿੰਘ ਅਤੇ ਯੁਵਰਾਜ ਸਿੰਘ ਛੋਟੇ ਛੋਟੇ ਹੁੰਦੇ ਸੀ ਪਰਮੇਸ਼ਰ ਦੁਆਰ ਪਟਿਆਲੇ ਭਾਈ ਸਾਹਿਬ ਸੰਗਰਾਂਦ ਦੇ ਦੀਵਾਨ 'ਤੇ ਹਾਜ਼ਰੀ ਭਰਨ ਆਇਆ ਕਰਦੇ ਸੀ ਦਾਸ ਉਦੋਂ ਤੋਂ ਹੀ ਇਹਨਾਂ ਨੂੰ ਸੁਣਦਾ ਰਿਹਾ ਕੌਮ ਦੇ ਨਾਮ ਵਾਰ ਐਸੇ ਜਥੇ ਹੁੰਦੇ ਨੇ ਜਿਨ੍ਹਾਂ ਨੂੰ ਸਿਫਾਰਿਸ਼ ਕਰਕੇ ਕਵਿਤਾਵਾਂ ਅਤੇ ਕੀਰਤਨ ਸੁਣਨ ਦਾ ਸੁਭਾਗ ਮਿਲਦਾ ਭਾਈ ਰਵਿੰਦਰ ਸਿੰਘ ਨੇ ਸੱਚਖੰਡ ਹਜ਼ੂਰ ਹਰਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਸੀਂ ਇੱਕ ਵਾਰੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਉਹੀ ਸ਼ਬਦ ਪੜ੍ਹਦੇ ਜੇ ਜਦੋਂ ਵੀ ਤੁਹਾਡੀ ਡਿਊਟੀ ਹੁੰਦੀ ਹੈ ਉਹਨਾਂ ਮੈਨੂੰ ਜੇਬ 'ਚੋਂ 25-30 ਪਰਚੀਆਂ ਕੱਢ ਕੇ ਫੜਾ ਦਿੱਤੀਆਂ ਕਹਿੰਦੇ ਵੀ ਆਹ ਵੇਖੋ ਜਦੋਂ ਮੈਂ ਹਰਿਮੰਦਰ ਸਾਹਿਬ ਹਾਜ਼ਰੀ ਭਰਨ ਆਉਂਦਾ ਵਾਂ ਸੰਗਤਾਂ ਮੇਰੀ ਜੇਬ ਵਿੱਚ ਸਿਫਾਰਸ਼ਾਂ ਦੀਆਂ ਪਰਚੀਆਂ ਪਾਈ ਜਾਂਦੇ ਭਾਈ ਸਾਹਿਬ ਆਹ ਸ਼ਬਦ ਪੜ੍ਹਨਾ ਆਹ ਸ਼ਬਦ ਪੜ੍ਹਨਾ ਇਹ ਕੌਮ ਦੇ ਨਾਮ ਵਾਰ ਜਥਿਆਂ ਦੇ ਹਿੱਸੇ ਵਿੱਚ ਆਉਂਦਾ ਧੰਨਵਾਦ ਭਾਈ ਮਹਿਲ ਸਿੰਘ ਜੀ ਭਾਈ ਯੁਵਰਾਜ ਸਿੰਘ ਜੀ ਭਾਈ ਗੁਰਲਾਲ ਸਿੰਘ ਜੀ ਪੰਥ ਦੀਆਂ ਬੁਲੰਦ ਆਵਾਜ਼ਾਂ ਨੇ ਜਿਨ੍ਹਾਂ ਨੇ ਆਪ ਜੀ ਨੂੰ ਕੌਮ ਦੇ ਮਹਾਨ ਇਤਿਹਾਸ ਤੋਂ ਜਾਣੂ ਕਰਵਾਇਆ ਜੀਓ ਆਇਆ ਧੰਨਵਾਦ ਮਹਾਂਪੁਰਸ਼ਾਂ ਵੱਲੋਂ ਬਾਬਾ ਮਿਲਖਾ ਸਿੰਘ ਜੀ ਉਹਨਾਂ ਵੱਲੋਂ ਸੋ ਗੱਡੀ ਹੈ ਕੋਈ 72-33 ਨੰਬਰ ਦੀ ਕਾਲੇ ਰੰਗ ਦੀ ਗੱਡੀ ਰਸਤੇ 'ਚ ਖੜ੍ਹੀ ਹੈ ਸਾਰੀਆਂ ਗੱਡੀਆਂ ਉੱਥੇ ਰੁਕੀਆਂ ਹੋਈਆਂ ਨੇ ਬੇਨਤੀ ਹੈ ਵੀ ਉਹ ਗੱਡੀ ਪਾਸੇ ਕੀਤੀ ਜਾਵੇ ਸੋ ਸੰਗਤ ਵਿੱਚ ਪਹੁੰਚੇ ਨੇ ਸੰਤ ਬਾਬਾ ਬੋਹੜ ਸਿੰਘ ਜੀ ਤੂਤਾਂ ਵਾਲੇ ਮਹਾਂਪੁਰਖ ਉਹਨਾਂ ਦੇ ਸਪੁੱਤਰ ਬਾਬਾ ਹਰਪਿੰਦਰ ਸਿੰਘ ਜੀ ਔਰ ਬਾਬਾ ਪਿਆਰਾ ਸਿੰਘ ਜੀ ਧਰਮਕੋਟ ਤੋਂ ਸਰਦਾਰ ਸਤਪਾਲ ਸਿੰਘ ਜੀ ਮੈਂਬਰ SGPC ਉਹ ਵੀ ਪਹੁੰਚੇ ਨੇ ਜੀਓ ਆਇਆਂ ਧੰਨਵਾਦ ਸੋ ਆਓ ਹੁਣ ਭਾਈ ਸੁਖਦੇਵ ਸਿੰਘ ਜੀ ਮੁੱਖ ਬੁਲਾਰਾ ਦਮਦਮੀ ਟਕਸਾਲ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਉਹਨਾਂ ਤੋਂ ਬਾਅਦ 2-3 ਜਥੇ ਬਾਕੀ ਨੇ ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਹਰ ਦੇ ਸਰਵਣ ਕਰਾਉਣਾ ਹੈ ਬੇਨਤੀ ਹੈ ਵੀ ਸੰਗਤ ਨੂੰ ਜਲ ਪਾਣੀ ਛੱਕ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਇੱਥੇ ਬੈਠਣ ਦੀ ਕਿਰਪਾਲਤਾ ਕਰਿਓ ਅਰਦਾਸ ਤੋਂ ਬਾਅਦ ਹੀ ਸਾਰਿਆਂ ਨੇ ਜਾਣ ਦੀ ਕਿਰਪਾਲਤਾ ਕਰਨੀ ਆ ਸਾਊਂਡ ਵਾਲਾ ਸੋ ਸੰਗਤ ਨੂੰ ਬੇਨਤੀ ਹੈ ਵੀ ਉੱਠਣ ਦਾ ਯਤਨ ਨਾ ਕਰੋ ਅਜੇ ਕੁਝ ਜਥੇ ਬਾਕੀ ਨੇ ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਹਰ ਜਸ ਸਰਵਣ ਕਰਾਉਣਾ ਹੈ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਪੰਜ ਪਿਆਰੇ ਸਿੰਘ ਸਾਹਿਬਾਨ ਖੰਡੇ ਬਾਟੇ ਦੀ ਪੌਲ ਦੇਣਗੇ ਜਿਨ੍ਹਾਂ ਸੰਗਤਾਂ ਨੇ ਖੰਡੇ ਬਾਟੇ ਦੀ ਪੌਲ ਲੈਣੀ ਹੈ ਬੇਨਤੀ ਹੈ ਕੱਲ੍ਹ ਨੂੰ ਤਿਆਰ ਬਰ ਤਿਆਰ ਹੋ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਆ ਭਾਈ ਸੁਖਦੇਵ ਸਿੰਘ ਜੀ ਮੁੱਖ ਬੁਲਾਰਾ ਦਮਦਮੀ ਟਕਸਾਲ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਦੀ ਸੰਗ ਸਰਵਣ ਕਰੀਏ ਜੀ
ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ।